ਮੈਂ ਅੱਗੇ ਗੱਲ ਤੋਰਨ ਤੋਂ ਪਹਿਲਾਂ ਇਹ ਦੱਸਾਂ ਮੈਂ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਇਹ ਕਈ ਜਿਹੜੇ ਜਨੂਨੀਆਂ ਨੂੰ ਪਸੰਦ ਨਹੀਂ ਆਉਣਾ ਹੈ ਜੀ ਬਾਕੀ ਜੇ ਮੈਨੂੰ ਕੋਈ ਕਹੇ ਮੈਂ ਤਾਂ ਦੇਸ਼ ਭਗਤ ਹੈ ਨਹੀਂ ਠੀਕ ਇਹ ਤਕਲੀਏ ਰਹੇਗਾ ਸਾਡਾ ਔਰ ਜਿਹੜਾ ਅੱਜ ਪਾਕਿਸਤਾਨ ਕੋ ਹੁੰਦਾ ਆ ਉਹਦੀ ਹਿਸਟਰੀ ਵੀ ਸਾਂਝੀ ਆ ਉਹਦਾ ਪਿੱਛੋਂ ਵੀ ਸਾਂਝਾ ਹੈ ਉਹ ਇਕੱਠਾ ਵੀ ਸਾਂਝਾ ਹੈ ਤਹਿਜ਼ੋ ਤਹਿਜ਼ੀਬ ਵੀ ਸਾਂਝੀ ਆ ਕਲਚਰ ਵੀ ਸਾਡਾ ਸਾਂਝਾ ਹੈ ਸਾਡਾ ਈਵਨ ਸਾਡਾ ਡੀਐਨਏ ਵੀ ਸਾਂਝਾ ਹੈ ਉਹਨਾਂ ਦੇ ਨਾਲ ਜਿਨ੍ਹਾਂ ਦੇ ਆਪਾਂ ਗੱਲ ਕਰਨ ਲੱਗੇ 1206 ਦੇ ਵਿੱਚ ਕੁਤਬਉਦਦੀਨ ਐਬਕ ਇੱਥੇ ਪਹਿਲਾ ਰਾਜ ਹੋਇਆ ਸਥਾਪਤ ਜਿਹਨੂੰ ਕਿਹਾ ਜਾਂਦਾ ਪਈ ਹੁਣ ਉਹ ਤੋਂ ਗੁਲਾਮੀ ਮਿਲੀ ਹੈ ਸਾਨੂੰ ਜਾ ਕੇ ਫਿਰ ਸਾਹਿਬ ਚਾਹੇ ਸੁਲਤਾਨ ਸੀਗੇ ਉੱਤੇ ਚਾਹੇ ਮੁਗਲ ਸੀਗੇ ਉਹ ਨਹੀਂ ਇੱਥੇ ਦੇ ਬੰਦੇ ਰਹਿ ਕੇ ਰਾਜ ਕੀਤਾ ਉਹ ਹਿੰਦੂਸਤਾਨੀ ਬਣ ਕੇ ਉਹ ਨਹੀਂ ਰਾਜ ਕੀਤਾ ਉਹ ਲੁਟੇਰੇ ਨਹੀਂ ਸੀ ਹੈ ਉਹ ਲੁੱਟਣ ਨਹੀਂ ਆਇਆ ਇੱਥੇ ਪੇ ਲੁੱਟ ਕੇ ਲੈ ਜਾਣਾ ਔਰ ਅੰਗਰੇਜ਼ ਤੋਂ ਲੁਟੇਰੇ ਸੀ ਤੁਸੀਂ ਤੋਂ ਆਵਾਂਗੇ ਇੱਥੇ ਜਾ ਕੇ ਪਰ ਫੇ ਇਹ ਕਿਉਂ ਤੁਸੀਂ ਕਹਿੰਦੇ ਆ ਜਾ ਕੇ ਬੇ ਹਜ਼ਾਰ ਸਾਲ ਦੀ ਗੁਲਾਮੀ ਤੋਂ ਸਾਨੂੰ ਆਜ਼ਾਦੀ ਮਿਲੀ ਹੈ ਹਜ਼ਾਰ ਸਾਲ ਦੀ ਗੁਲਾਮੀ ਅੰਗਰੇਜ਼ਾਂ ਨੇ ਹਜ਼ਾਰ ਸਾਲ ਤਾਂ ਨਹੀਂ ਰਾਜ ਕੀਤਾ ਹੈ ਉਹ ਤਾਂ ਗੱਲ ਪੱਕੀ ਹੈ ਨਾ ਕਿ ਅੰਗਰੇਜ਼ਾਂ ਨੇ ਇੱਥੇ ਆਪਣੇ ਟਾਊਟ ਪੈਦਾ ਕਰ ਲਏ ਇੱਥੇ ਜਿਹੜੇ ਉਹਨਾਂ ਦੇ ਜਿਹੜੇ ਜ਼ਗੀਰਦਾਰ ਕਾਈਂਡ ਆਫ ਪੀਪਲ ਜਿਨ੍ਹਾਂ ਨੂੰ ਜ਼ਗੀਰਾਂ ਲਾ ਦਿੱਤੀਆਂ ਇੱਥੋਂ ਦਾ ਇਹ ਸਮਾਨ ਕੁਝ ਕੁ ਲੋਕਾਂ ਨੂੰ ਲਟਾ ਕੇ ਪਾੜ ਕੇ ਰਾਜ ਕੀਤਾ ਤਿੰਨ ਸਾਹਿਬ ਕਿ ਕਿਹੜੀ ਗਵਰਨਮੈਂਟ ਹੈ ਜਿਹੜੀ ਪਾੜ ਕੇ ਰਾਜ ਨਹੀਂ ਕਰਦੀ ਮਹਾਭਾਰਤ ਉਹ ਲੈ ਕੇ ਦੇਖ ਲੋ ਜਾ ਕੇ ਰਮਾਇਣ ਤੋਂ ਜਾ ਕੇ ਲੇਖ ਲੋ ਕਿ ਹਰ ਗਵਰਨਮੈਂਟ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਮੇਰਾ ਜਿਹੜਾ ਦੁਸ਼ਮਣ ਆ ਦੋ ਹਿੱਸਿਆਂ 'ਚ ਵੰਡਿਆ ਜਾਵੇ ਜਾ ਟਿੱਪੂ ਸੁਲਤਾਨ ਨੂੰ ਕਹਿੰਦੇ ਰਹੇ ਜਾ ਕੇ ਵੀ ਅੰਗਰੇਜ਼ਾਂ ਨਾਲ ਸਮਝੌਤਾ ਕਰ ਲੈ ਟਿੱਪੂ ਸੁਲਤਾਨ ਨੇ ਨਹੀਂ ਕੀਤਾ ਟਿੱਪੂ ਸੁਲਤਾਨ ਆਗ ਸੀਰਿੰਗ ਪਟਮ ਕਿਲੇ ਦੀਆਂ ਦੀਵਾਰਾਂ ਦੇ ਉੱਤੇ ਤਲਵਾਰ ਲੈ ਕੇ ਲੜਦਾ ਹੋਇਆ ਮਾਰਿਆ ਗਿਆ ਉਹਨਾਂ ਸਮਝੌਤਾ ਨਹੀਂ ਕੀਤਾ ਅੰਗਰੇਜ਼ਾਂ ਦੇ ਨਾਲ ਜਾ ਕੇ ਉਹ ਕਹਿੰਦਾ ਨਹੀਂ ਮੈਂ ਕਰਨ ਜਾ ਕੇ ਸੋ ਉਹ ਉਹਦਾ ਬੜਾ ਰੋਲ ਸੀਗਾ ਜਾ ਕੇ ਟਿੱਪੂ ਸੁਲਤਾਨ ਦਾ ਤਕਰੀਬਨ ਉਹੀ ਟਾਈਮ ਹੈ ਜਿਹੜਾ ਮਹਾਰਾਜਾ ਮੈਂ ਦਰਕੋ ਸਤਾਰਨ ਸੰਜੜੇ ਨੇ ਵਿੱਚ ਉੱਥੇ ਕੋਈ ਹੋ ਟਾਈਮ ਹੈਗਾ ਸਿੱਖ ਧਰਮ ਦੇ ਵਿੱਚ ਵੀ ਇਹ ਪ੍ਰੈਕਟੀਕਲੀ ਕੀ ਹੁੰਦਾ ਸੀ ਉਹ ਸੈਪਰੇਟ ਚੀਜ਼ ਹੈ ਹੁਣ ਉਹ ਹੋ ਟਿੰਕ ਹੈ ਪ੍ਰੈਕਟੀਕਲੀ ਕੀ ਹੁੰਦਾ ਸੀ ਆ ਕੇ ਇਹ ਠੀਕ ਹੈ ਵੀ ਗੁਰਦੁਆਰਿਆਂ ਦੇ ਅੰਦਰ ਤਾਂ ਲੰਗਰ ਸਾਂਝਾ ਹੁੰਦਾ ਸੀਗਾ ਜਾ ਕੇ ਪਰ ਜੇ ਤੁਸੀਂ ਕਹੋ ਪਈ ਉਹ ਤਾਂ ਬਾਹਰ ਬਾਹਰ ਨਹੀਂ ਹੁੰਦਾ ਜਾ ਕੇ ਸਿੱਖ ਚਾਹੇ ਦਸਾਂ ਗੁਰੂਆਂ ਨੇ અત્યੰਤ ਜ਼ੋਰ ਲਾਇਆ ਵੀ ਜਾਤ ਪਾਤ ਨਿਕਲ ਜਾਵੇ ਜਾਤ ਪਾਤ ਨਿਕਲ ਜਾਵੇ ਪਰ ਉਹ ਨਿਕਲ ਨਹੀਂ ਸਕੇ ਉਸਤਾਦ ਦਾਮੰਦ ਜੀ ਇਹ ਕਹਿ ਗਿਆ ਇੱਕ ਹਫਤਾ ਉਹ ਕਹਿੰਦਾ ਬਾਗੇ ਨਾਲ ਅਟਾਰੀ ਦੀ ਨਹੀਂ ਟੱਕਰ ਨਾਹੀਂ ਗੀਤਾ ਨਾਲ ਇਸਲਾਮ ਦੀ ਹੈ। ਨਾਹੀਂ ਕਾਫਰ ਨਾਹੀਂ ਗੀਤਾ ਨਾਲ ਕੁਰਾਨ ਦੀ ਹੈ। ਨਾਹੀਂ ਕਫਰ اسلام ਦਾ ਕੋਈ ਝਗੜਾ ਗੱਲ ਸਾਰੀ ਨਫੇ ਨੁਕਸਾਨ ਦੀ ਹੈ। ਹਮ ਇਹ ਦੋਨੋਂ ਮੌਲਕ ਜਿਹੜੇ ਆਗੇ ਆਪਣੇ ਨਫਾ ਨੁਕਸਾਨ ਦੇਖਦੇ ਆ। The Heart Gender Thin Show। ਅ ਪ੍ਰੋਫੈਸਰ ਕੁਸ਼ਮੀਰਾ ਜੀ ਦੀ ਸਟੂਡੀਓ ਚ ਪਹੁੰਚ ਚੁੱਕੇ ਨੇ। ਉਹਨਾਂ ਦਾ ਸਵਾਗਤ ਕਰਦੇ ਆ ਜੀ ਆਯੂਨ ਵਰ ਸਾਹਿਬ। ਹਾਂਜੀ ਥੈਂਕ ਯੂ ਥੈਂਕ ਸਰ। ਅ ਜੀ 15 ਅਗਸਤ ਆ ਤੇ ਆਜ਼ਾਦੀ ਦਾ ਦਿਵਸ ਹੈ ਕੱਲ ਅਸੀਂ ਅ ਜਰਣਾ ਜੀ ਪਾਕਿਸਤਾਨ ਦੀ ਪੰਜਾਬੀ ਦਾ ਜ਼ਿਕਰ ਕਰ ਰਹੇ ਸਨ ਆ ਪਾਕਿਸਤਾਨ ਦੀ ਆਜ਼ਾਦੀ ਦਾ ਜ਼ਿਕਰ ਕਰ ਰਹੇ ਸਨ ਕਿ ਕਿਸ ਤਰ੍ਹਾਂ ਦੋਨੋਂ ਪੰਜਾਬ ਜਿਹੜੇ ਨੇ ਉਹ ਤਕਸੀਮ ਹੋ ਗਏ ਅੱਜ ਅਸੀਂ ਤੋਂ ਸੁਣਨਾ ਚਾਹੁੰਦੇ ਆ ਇਸ ਆਜ਼ਾਦੀ ਬਾਰੇ ਇਸ ਆਜ਼ਾਦੀ ਤੋਂ ਬਾਅਦ ਜੋ ਕੁਝ ਹੋਇਆ ਤੇ ਪਹਿਲਾਂ ਜੋ ਕੁਝ ਹੋਇਆ ਸਰ ਇੱਕ ਤਾਂ ਆਪਣੇ ਸੁਣਨ ਵਾਲਿਆਂ ਨੂੰ ਅੱਜ ਇਹ ਹੈਗਾ ਜਾ ਕੇ ਵੀ ਥੋੜਾ ਜਿਹਾ ਆਪਣੇ ਮੈਂ ਕੌਂਸ਼ੀਅਸ ਹੋ ਕੇ ਸੁਣਨ ਆ ਲਿਆ ਕਿਉਂਕਿ ਜੋ ਸਾਨੂੰ ਦੱਸਿਆ ਜਾਂਦਾ ਰਿਹਾ ਉਹ ਕਾਫੀ ਕੁਝ ਹੋਰ ਹੈ ਕਾਫੀ ਗੱਲਾਂ ਹੋਆ ਜਿਹੜੀਆਂ ਸਾਨੂੰ ਦਸੀਆਂ ਨਹੀਂ ਜਾਂਦੀਆਂ ਉਹ ਉਹ ਜਿਹੜੀਆਂ ਉਹ ਅੱਜ ਆਪਾਂ ਕਰਾਂਗੇ ਉਹ ਔਰਤ ਹੀ ਦੇਖਿਓ ਜੇ ਉਹ ਤੁਹਾਨੂੰ ਲੱਗਦਾ ਵੀ ਗੱਲਾਂ ਠੀਕ ਹੈ ਤਾਂ ਐਕਸੈਪਟ ਕਰਿਓ ਔਰ ਕਿਉਂਕਿ ਉਹ ਵੀ ਹਿਸਟਰੀ ਦਾ ਇੱਕ 파ਟ ਆ ਬਹੁਤਾ ਪਿੱਛੇ ਨਾ ਜਾਂਦੇ ਹੋਏ ਇੰਨਾ ਕ ਮੈਂ ਜ਼ਰੂਰ ਦੱਸੂਗਾ ਵੀ ਵजूद ਵਿੱਚ ਕਿੱਦਾਂ ਆਇਆ ਜੀ ਜਦੋਂ ਆਰੀਅਨ ਲੋਕ ਆ ਗਏ ਨਾ ਜੀ ਆਰੀਅਨ ਲੋਕ ਇੱਥੇ ਆ ਗਏ ਆਰੀਅਨ ਪਹਿਲੇ ਪਹਿਲੇ ਲੋਕ ਇੱਥੇ ਆਏ ਆਰੀਅਨ ਤੋਂ ਬਾਅਦ ਅਲੈਗਜ਼ੈਂਡਰ ਆ ਗਿਆ ਜਾ ਕੇ ਠੀਕ ਹੈ ਨਾ ਹੁਣ ਆਰੀਅਨ ਲੋਕ ਜਿਹੜੇ ਹੈਗੇ ਆ ਇੱਥੋਂ ਮੈਂ ਤਾਂ ਆਰੀਅਨ ਦੀ ਗੱਲ ਕਰਦਾ ਕਿਉਂਕਿ ਆਰੀਅਨ ਲੋਕਾਂ ਨੇ ਵੀ ਕਬਜ਼ਾ ਕੀਤਾ ਇੱਥੇ ਆ ਕੇ ਆਰੀਅਨ ਲੋਕਾਂ ਨੇ ਇੱਥੇ ਦੇ ਲੋਕਾਂ ਦੀ ਆਜ਼ਾਦੀ ਮਾਰੀ ਉਹਨਾਂ ਨੂੰ ਹਰਾਇਆ ਉੱਥੇ ਰਾ ਕੇ ਆਪਣਾ ਰਾਜ ਕਾਇਮ ਕੀਤਾ ਜਾ ਕੇ ਆਰੀਅਨ ਲੋਕਾਂ ਨੇ ਆਏ ਇੱਥੇ ਠੀਕ ਹੈ ਨਾ ਕਿਉਂਕਿ ਇੱਥੇ ਦੇ ਜਿਹੜੇ ਪਹਿਲਾ ਲੋਕ ਸੀ ਆਰੀਅਨ ਪਹਿਲੇ ਲੋਕ ਨਹੀਂ ਹੈ ਆਰੀਅਨ ਪਹਿਲਾ ਲੋਕ ਵਿੱਚ ਹੀ ਈ ਆਰੀਅਨ ਉਹ ਆਰੀਅਨ ਇਹਨਾਂ ਦੋਹਾਂ ਦੀ ਦੇਖੋ ਇਹਨਾਂ ਦੋਹਾਂ ਮੁਲਕਾਂ ਦੀ ਅੱਜ ਗੱਲ ਆਪਾਂ ਇਸ ਗੱਲ ਕਰਕੇ ਕਰਨ ਲੱਗੇ ਆ ਕਿਉਂਕਿ ਸਾਡਾ ਔਰ ਜਿਹੜਾ ਅੱਜ ਪਾਕਿਸਤਾਨ ਕਹ ਹੁੰਦਾ ਆ ਉਹਦੀ ਹਿਸਟਰੀ ਵੀ ਸਾਂਝੀ ਆ ਉਹਦਾ ਪਿੱਛੋਂ ਵੀ ਸਾਂਝਾ ਹੈ ਉਹ ਇਕੱਠਾ ਵੀ ਸਾਂਝਾ ਹੈ ਤਹਿਜ਼ੋ ਤਹਿਜ਼ੀਬ ਵੀ ਸਾਂਝੀ ਆ ਕਲਚਰ ਵੀ ਸਾਡਾ ਸਾਂਝਾ ਆ ਸਾਡਾ ਇਵਨ ਸਾਡਾ ਡੀਐਨਏ ਵੀ ਸਾਂਝਾ ਆ ਉਹਨਾਂ ਦੇ ਨਾਲ ਜਿਨ੍ਹਾਂ ਦੀ ਆਪਾਂ ਗੱਲ ਕਰਨ ਲੱਗੇ ਅੱਜ ਠੀਕ ਹੈ ਸੋ ਦੋਹਾਂ ਦੀ ਗੱਲ ਹੋਊਗੀ ਜਿਹਦੇ ਵਿੱਚ ਕੀ ਹੋਊਗਾ ਆਪਾਂ ਕਹਿ ਸਕਦੇ ਆ ਹਿੰਦੁਸਤਾਨ ਦੀ ਆਜ਼ਾਦੀ ਦੀ ਗੱਲ ਕਰਾਂਗੇ ਤੇ ਪਾਕਿਸਤਾਨ ਦੀ ਆਜ਼ਾਦੀ ਵੀ ਕਹਿ ਕਹਦੇ ਆ ਪਾਕਿਸਤਾਨ ਦਾ ਜਨਮ ਵੀ ਕਹਿ ਸਕਦੇ ਆ ਕੁਝ ਕਹਿ ਸਕਦੇ ਆ ਨ ਵੀ ਪਾਕਿਸਤਾਨ ਦਾ ਜਨਮ ਹੋਇਆ ਇਹ ਨਾਲ ਐਨੀਵੇ ਜਿਸ ਵੇਲੇ ਹੁਣ ਇੱਥੇ ਹੁਣ ਥਿੰਦ ਸਾਹਿਬ ਰੋਲਾ ਪਤਾ ਕੀ ਅੱਜ ਮੈਂ ਇੱਕ ਸਪੀਚ ਸੁਣਦਾ ਸੀ ਹਿੰਦੁਸਤਾਨ ਦੀ ਆਜ਼ਾਦੀ ਦੀ ਤੇ ਉਹ ਕਹਿ ਰਹੇ ਸੀਗੇ ਉਹ ਸਪੀਚ ਦੇ ਵਿੱਚ 1000 ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਮਿਲੀ ਹੈ ਸਾਨੂੰ ਹਮ ਹਮ ਮੈਂ ਥਿੰਦ ਸਾਹਿਬ ਮੈਂ ਇੰਨਾ ਮੈਨੂੰ ਕੀ ਹੁਣ ਮੈਂ ਕਹਾਂ ਜਾ ਕੇ ਮਨ ਦੁਖੀ ਹੋਇਆ ਪੇ ਉਹ 1000 ਸਾਲ ਦੀ ਆਜ਼ਾਦੀ ਕੀ ਤੁਸੀਂ ਉਹਨਾਂ ਨੂੰ ਗੁਲਾਮੀ ਕਹਿ ਰਹੇ ਆਂ ਜਿਹਨਾਂ ਬੰਦਿਆਂ ਨੇ ਪਹਿਲਾਂ ਇੱਥੇ ਰਾਜ ਕੀਤਾ ਇੱਥੇ ਪਹਿਲਾਂ ਹੁਣ ਫੇਜੇ ਤੁਸੀਂ ਕਹਿਣਾ ਹੀ ਆ ਮੇਰੀ ਗੱਲ ਹੁਣ ਧਿਆਨ ਨਾਲ ਥੋੜੀ ਸੁਣਨ ਵਾਲੀ ਗੱਲ ਜੇ ਤੁਸੀਂ ਕਹਿਣਾ ਹੀ ਆ ਤਾਂ ਫਿਰ ਜਿਹੜੇ ਆਰੀਅਨ ਲੋਕਾਂ ਨੇ ਵੀ ਆਗੇ ਆਜ਼ਾਦੀ ਕੀਤੀ ਹੈ ਸ਼ੱਕ ਜਿਹੜੇ ਸੇ ਉਹ ਵੀ ਬਾਹਰੋਂ ਆਇਆ ਕੁਸ਼ਾਨ ਜਿਹੜੇ ਕੁਸ਼ਾਨ ਆ ਜਿਹਨੂੰ ਆਪਾਂ ਕਹਿੰਦੇ ਆ ਆਪਣੇ ਕਨਿਸ਼ਕਾ ਸੀ ਜਿਹੜਾ ਕਨਿਸ਼ਕਾ ਦੀ ਪਿੱਛੋਂ ਬੈਕਗ੍ਰਾਉਂਡ ਚਾਈਨਾ ਚਾਈਨੀਜ਼ ਆ ਫਿਰ ਉਹਨਾਂ ਵੀ ਆ ਕੇ ਕਬਜ਼ਾ ਕੀਤਾ ਇੱਥੇ ਜਾ ਕੇ ਫੇ ਉਹਨੂੰ ਵੀ ਹਿੰਦੁਸਤਾਨ ਤੇ ਕਹ ਉਹਦੋਂ ਗਹਾਂ ਆ ਗਾ ਗਹਾਂ ਫਿਰ ਆਇਆ ਉਹ ਆ ਕੇ ਕਹਿੰਦੇ ਆ ਜੀ ਜਾ ਕੇ ਜਿਸ ਵੇਲੇ ਮੁਹੰਮਦ ਬਿਨ ਕਾਸਮ ਆ ਗਿਆ ਹੁਣ 712 ਏਡੀ ਦੇ ਵਿੱਚ ਸਿੰਧ ਦੇ ਵਿੱਚ ਆ ਗਿਆ ਉਹ ਹੁਣ ਉਹ ਤੋਂ ਬਾਅਦ ਜਿਹੜੀ ਹਜ਼ਾਰ ਸਾਲ ਦੀ ਕਹਿੰਦੇ ਆ ਸਾਡੇ ਹਜ਼ਾਰ ਸਾਲ ਦੀ ਗੁਲਾਮੀ ਤੋਂ ਬਾਅਦ ਆਜ਼ਾਦੀ ਮਿਲੀ ਹੈ ਇੱਥੋਂ ਮੈਨੂੰ ਦੁੱਖ ਹੁੰਦਾ ਜਾ ਕੇ ਫਿਰ ਸਾਹਿਬ ਜਿਹੜਾ ਇੱਥੇ ਜਿਹਨੂੰ ਮੁਸਲਮ ਰੂਲ ਕਹਿੰਦੇ ਆ ਮੈਂ ਮੁਸਲਮ ਰੂਲ ਜਾਂ ਹਿੰਦੂ ਰੂਲ ਜਾਂ ਸਿੱਖ ਰੂਲ ਦੀ ਗੱਲ ਨਹੀਂ ਕਰਦਾ ਹੈਗਾ ਮੈਂ ਗੱਲ ਉਸ ਦੌਰ ਦੀ ਗੱਲ ਕਰਦਾ ਜਿਸ ਵੇਲੇ ਖਾਨਦਾਨ ਗੁਲਾਮਾਂ ਆਇਆ 1206 ਦੇ ਵਿੱਚ ਕੁਤਬਉਦਦੀਨ ਐਬਕ ਇੱਥੇ ਪਹਿਲਾ ਰਾਜ ਹੋਇਆ ਸਥਾਪਤ ਜਿਹਨੂੰ ਕਿਹਾ ਜਾਂਦਾ ਪਹਿਣ ਉਹ ਤੋਂ ਗੁਲਾਮੀ ਮਿਲੀ ਹੈ ਸਾਨੂੰ ਜਾ ਕੇ ਥਿੰ ਸਰ ਚਾਹੇ ਸੁਲਤਾਨ ਸੀਗੇ ਉੱਥੇ ਚਾਹੇ ਮੁਗਲ ਸੀਗੇ ਉਹ ਨਹੀਂ ਇੱਥੇ ਦੇ ਬੰਦੇ ਰਹਿ ਕੇ ਰਾਜ ਕੀਤਾ ਉਹ ਹਿੰਦੂਸਤਾਨੀ ਬਣ ਕੇ ਉਹ ਨਹੀਂ ਰਾਜ ਕੀਤਾ ਉਹ ਲੁਟੇਰੇ ਨਹੀਂ ਹੈ ਉਹ ਲੁੱਟਣ ਨਹੀਂ ਆਏ ਇੱਥੇ ਬੇ ਲੁੱਟ ਕੇ ਲੈ ਜਾਣਾ ਹੈ ਪਰ ਅੰਗਰੇਜ਼ ਤੋਂ ਲੁੱਟੇਰੇ ਸੀ ਤਿੰਨ ਸਭ ਆਵਾਂਗੇ ਇੱਥੇ ਜਾ ਕੇ ਪਰ ਇਹ ਕਿਉਂ ਤੁਸੀਂ ਕਹਿੰਦੇ ਆ ਜਾ ਕੇ ਬੇ ਹਜ਼ਾਰ ਸਾਲ ਦੀ ਗੁਲਾਮੀ ਤੋਂ ਸਾਨੂੰ ਆਜ਼ਾਦੀ ਮਿਲੀ ਹੈ ਹਜ਼ਾਰ ਸਾਲ ਦੀ ਗੁਲਾਮੀ ਅੰਗਰੇਜ਼ਾਂ ਨੇ ਹਜ਼ਾਰ ਸਾਲ ਤਾਂ ਨਹੀਂ ਰਾਜ ਕੀਤਾ ਹੈ ਹਜ਼ਾਰ ਸਾਲ ਤਾਂ ਉੱਥੇ ਹੀ ਹੁੰਦਾ ਜਾਂ 1206 ਤੋਂ ਤੁਸੀਂ ਸ਼ੁਰੂ ਕਰਦੇ ਜਾ ਕੇ ਸੋ ਉਹ ਜਿਹੜੇ ਸੀਗੇ ਸੁਲਤਾਨ ਸੇ ਜਾਂ ਮੁਗਲ ਸੀਗੇ ਮੁਗਲਾਂ ਨੇ ਇੱਥੇ ਦੇ ਹਿੰਦੂਸਤਾਨੀ ਬਣ ਕੇ ਰਾਜ ਇੱਥੇ ਕੀਤਾ ਆਪਣੇ ਲੋਕਾਂ ਮੰਗ ਰਾਜ ਕੀਤਾ ਉਹ ਨਹੀਂ ਫੋਰਨਰ ਦੀ ਤਰ੍ਹਾਂ ਰਾਜ ਨਹੀਂ ਕੀਤਾ ਉਹਨਾਂ ਨੂੰ ਬਾਬਰ ਨੂੰ ਕੋਈ ਫਰਗਾਨਾ ਦੀ ਪਿਛਲ ਚਾਹਗ ਨਹੀਂ ਐ ਪੇ ਮਾਲ ਲੁੱਟ ਲੁੱਟ ਕੇ ਮੈਂ ਉੱਥੇ ਲੈ ਜਾਣਾ ਉਹ ਹੋਰ ਬੰਦੇ ਸੀਗੇ ਜਿਹੜੇ ਜਿਨ੍ਹਾਂ ਦੀ ਗੱਲ ਕਰਦੇ ਆ ਉਹ ਤੁਸੀਂ ਮਹਿਮੂਦ ਗਜ਼ਨ ਵੀ ਕਹਿ ਸਕਦੇ ਵੀ ਆਪਣੇ ਜਿਹੜੇ ਅ ਅਲੈਗਜ਼ੈਂਡਰ ਵਗੈਰਾ ਨੂੰ ਵੀ ਕਹਿ ਸਕਦੇ ਜਿਹੜੇ ਪਿੱਛੇ ਮੁੜ ਗਏ ਉਹ ਪਿੱਛੇ ਨਹੀਂ ਮੁੜੇ ਹੈ ਜਾਗੇ ਉਹ ਇੱਥੇ ਦੇ ਬਣ ਗਏ ਆ ਉਹ ਹਿੰਦੂਸਤਾਨੀ ਬਣ ਕੇ ਉਹਨੇ ਰਾਜ ਕੀਤਾ ਜਾ ਕੇ ਜਾ ਕੇ ਸੋ ਉਹਨਾਂ ਦੀ ਗੁਲਾਮੀ ਦੀ ਗੱਲ ਨਹੀਂ ਹੈ ਇਹ ਅਸੀਂ ਆਜ਼ਾਦੀ ਦੀ ਗੱਲ ਕਰਾਂਗੇ ਤਾਂ ਅੰਗਰੇਜ਼ਾਂ ਵਾਲੀ ਗੱਲ ਹੋਣੀ ਹੈ ਸਾਡੀ ਜਿਹੜੀ ਹੈ ਅੰਗਰੇਜ਼ਾਂ ਤੋਂ ਹੋਈ ਹੈ ਹਜ਼ਾਰ ਸਾਲ ਦੀ ਗੁਲਾਮੀ ਦੀ ਗੱਲ ਨਹੀਂ ਹੈ 301 ਗੱਲ ਜਿਹੜੀਆਂ ਚੀਜ਼ਾਂ ਸਾਨੂੰ ਨਹੀਂ ਦੱਸੀਆਂ ਜਾਂਦੀਆਂ ਉਹ ਮੈਂ ਦੱਸਣਾ ਚਾਹੁੰਦਾ ਉਹ ਜਿਹੜੇ ਰਾਜ ਸੀਗੇ ਤੁਹਾਨੂੰ ਮੈਂ ਦੱਸਾਂ ਮੁਸਲਮਾਨ ਰਾਜ ਦੇ ਵਿੱਚ ਮੁਸਲਮਾਨ ਬਹੁਤ ਤੇਜ਼ੀ ਨਾਲ ਫੈਲਿਆ ਕਿਉਂ ਤੇਜ਼ੀ ਨਾਲ ਫੈਲਿਆ ਇਸ ਕਰਕੇ ਤਾਂ ਨਹੀਂ ਫੈਲਿਆ ਜਾ ਕੇ ਉਹ ਸਵਾਮਨ ਜਨੇਊ ਲਾ ਕੇ ਰੋਟੀ ਖਾਂਦਾ ਸੀ ਜਾ ਕੇ ਉਹ ਤੇ ਹਿੰਦੁਸਤਾਨ ਚ ਇੱਕ ਬਈ ਨਾ ਬੰਬਾ ਚ ਦਾ ਅਸਲਾਮ ਨੇ ਤਿੰਨ ਸਾਹਿਬ ਜਿਨ੍ਹਾਂ ਲੋਕਾਂ ਤੇ ਜਿਨ੍ਹਾਂ ਇਲਾਕਿਆਂ ਤੇ ਜਿੱਤਿਆ ਉਹਨਾਂ ਲੋਕਾਂ ਨੂੰ ਬਹੁਤ ਵਧੀਆ ਟਰੀਟਮੈਂਟ ਦਿੱਤਾ ਜਿਹੜਾ ਕਿ ਸਾਨੂੰ ਨਹੀਂ ਦੱਸਿਆ ਜਾਂਦਾ ਪੇ ਉਹਨਾਂ ਨੂੰ ਮਾਰਦੇ ਸੇ ਜ਼ਬਰਦਸਤੀ ਉਹਨਾਂ ਨੂੰ ਜਾ ਕੇ ਧਰਮ ਇਦਾਂ ਨਹੀਂ ਹੋਈ ਹੈ ਉਹਨਾਂ ਤੇ ਸਿਰਫ ਇਹ ਸੀ ਪੇ ਇਹ ਬਹੁਤਾ ਜੇ ਕਰਦੇ ਸੇ ਦਾ ਜਜ਼ੀਆ ਲਾ ਦਿਓ ਤਾਂ ਆਰਾਮ ਨਾਲ ਰਹੋ ਤੁਸੀਂ ਜਾ ਕੇ ਇੱਕ ਕਿਹਾ ਜਾਂਦਾ ਪੇ ਅਸਲਾਮ ਨੇ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਉਹਨਾਂ ਇਲਾਕਿਆਂ ਨੂੰ ਜਿਨ੍ਹਾਂ ਇਲਾਕਿਆਂ ਨੂੰ ਉਹਨੇ ਜਿੱਤਿਆ ਚੰਗੇਜ਼ ਚੰਗੇਜ਼ ਖਾਨ ਮੰਗਦੀ ਹੈ ਪੇ ਸਾਰੇ ਦਾ ਪਿੰਡ ਦਾ ਪਿੰਡੇ ਕਤਲ ਕਰ ਦਿਓ ਸ਼ਹਿਰ ਦਾ ਸ਼ਹਿਰ ਹੀ ਕਤਲ ਕਰ ਦਿਓ ਇਦਾਂ ਨਹੀਂ ਹੋਈ ਹੈ ਉਹਨਾਂ ਤੇ ਆਪਣੇ ਬਣ ਕੇ ਰਾਜ ਕੀਤਾ ਗਿਆ ਜਾ ਕੇ ਤਾਂ ਹੀ ਤੁਸੀਂ ਦੇਖੋ ਚਾਹੇ ਸੁਲਤਾਨ ਆ ਚਾਹੇ ਮੁਗਲ ਆ ਇਹਨਾਂ ਦੇ ਖਿਲਾਫ ਕੋਈ ਲੋਕ ਬਗਾਵਤ ਨਹੀਂ ਹੋਈ ਐ ਰਾਜਿਆਂ ਨੇ ਬਧਰੋ ਕੀਤੇ ਜਿਨ੍ਹਾਂ ਦੇ ਰਾਜ ਖੁੱਸ ਗਏ ਸੀ ਜਿਹਨਾਂ ਨੇ ਰਾਜ ਕੀਤੇ ਉਹਨਾਂ ਦੇ ਜਾ ਕੇ ਸੋ ਉਸ ਗੱਲ ਕਰਕੇ ਮੈਂ ਇੱਥੇ ਤਾਂ ਮੈਂ ਕਹਿਣਾ ਚਾਹਣਾ ਬਿਤੇ ਇਹ ਸਮਝ ਲੈ 1000 ਸਾਲ ਦੀ ਗੁਲਾਮੀ ਦੀ ਗੱਲ ਨਹੀਂ ਅਸੀਂ ਕਰਾਂਗੇ ਅਸੀਂ ਜਿਹੜੀ 1757 ਪਲਾਸੀ ਦੀ ਲੜਾਈ ਲੈ ਲਓ ਜਿੱਥੇ ਇੱਥੋਂ ਅਸੀਂ ਜਿਹੜੀ ਗੱਲ ਕਰਾਂਗੇ ਹੁਣ ਉਹਦੇ ਵਿੱਚ ਕੀ ਹੋਇਆ ਇਹ ਕਲੀਅਰ ਹੋ ਜਾਏ ਪੇ ਜਿਹੜੇ ਹੈਗੇ ਆ ਚਾਹੇ ਕੋਈ ਹਿੰਦੂ ਆ ਚਾਹੇ ਕੋਈ ਮੁਸਲਮਾਨ ਆ ਚਾਹੇ ਕੋਈ ਇਸ ਸਾਰਿਆਂ ਦੇ ਉੱਤੇ ਅੰਗਰੇਜ਼ਾਂ ਨੇ ਰਾਜ ਕੀਤਾ ਜਾ ਔਰ ਪਹਿਲਿਆਂ ਨੇ ਰਾਜ ਨਹੀਂ ਕੀਤਾ ਪਹਿਲਿਆਂ ਨੇ ਹੁਣ ਜਿਹੜਾ ਕਨਿਸ਼ਕ ਆ ਫਿਕਨਿਸ਼ਕ ਨੂੰ ਵੀ ਆਪਾਂ ਕਹਾਂਗੇ ਕਿ ਕਿਉਂਕਿ ਕਨਿਸ਼ਕ ਦਾ ਇਲਾਕਾ ਸੀ ਜਿਹੜਾ ਕਨਿਸ਼ਕ ਦਾ ਸੀ ਨਾਰਥ-ਵੈਸਟ ਚਾਈਨਾ ਤੋਂ ਉਹ ਇਲਾਕਾ ਜਿਹੜਾ ਕਜ਼ਾਕਿਸਤਾਨ ਦੇ ਨਾਲ ਅੱਜ ਲੱਗਦਾ ਥਿੰਦ ਦੇ ਵਿੱਚ ਕਾਬਲ ਇਹ ਕਨਿਸ਼ਕ ਦੇ ਵਿੱਚ ਕਾਬਲ ਵੀ ਸਿਗਾ ਜਾ ਕੇ ਸੋ ਉਹ ਮੇਰਾ ਮਤਲਬ ਹੈ ਆਪਾਂ ਨੂੰ ਉਹ ਤੋਂ ਜ਼ਿਆਦਾ ਦੀ ਗੱਲ ਵੀ ਕਰ ਆਜ਼ਾਦੀ ਦੀ ਗੱਲ ਹੈਗੀ ਆ ਜਿਸ ਵੇਲੇ ਫੋਰਨ ਰੂਲ ਕਿਹੜਾ ਸੀਗਾ ਫੋਰਨ ਰੂਲ ਸਿਰਫ ਅੰਗਰੇਜ਼ਾਂ ਦਾ ਫੋਰਨ ਰੂਲ ਸੀਗਾ ਬਾਕੀ ਜਿਹੜੇ ਆ ਫੋਰਨ ਰੂਲ ਨਹੀਂ ਸੀ ਹੈ ਬਾਹਰੋਂ ਤਾਂ ਬੰਦੇ ਆਉਂਦੇ ਗਏ ਹਿੰਦੁਸਤਾਨ ਤੋਂ ਜਿੱਦਾਂ ਮੈਂ ਦੱਸਿਆ ਆਰੀਅਨਸ ਉਹ ਲੈ ਕੇ ਸ਼ੱਕ ਤੋਂ ਆਏ ਕੁਸ਼ਾਨ ਆਏ ਫਲਾਨੇ ਆਏ ਫਲਾਨੇ ਆਉਂਦੇ ਗਏ ਆਉਂਦੇ ਇੱਥੇ ਰਹਿੰਦੇ ਗਏ ਇੱਥੇ ਰਾਜ ਕਰਦੇ ਗਏ ਤੇ ਉਹ ਆਪਣਾ ਚਲਾਨ ਲਗਾਏ ਹੁਣ ਆਪਾਂ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਹੁਣ ਸਿੰਘ ਸਾਹਿਬ ਦੇਖੋ ਅੰਗਰੇਜ਼ਾਂ ਦਾ ਤਾਂ ਦੂਜਿਆਂ ਦਾ ਫਰਕ ਕੀ ਸੀਗਾ ਅੰਗਰੇਜ਼ਾਂ ਦਾ ਫਰਕ ਇਹ ਸੀ ਕਿ ਅੰਗਰੇਜ਼ ਜਿਹੜਾ ਇੱਥੇ ਦਾ ਸਰਮਾਇਆ ਉਹ ਉਧਰ ਲੈ ਜਾਂਦੇ ਸੀਗੇ ਇਹ ਜਿਹੜੇ ਸੀ ਉੱਥੇ ਲੈ ਜਾਂਦੇ ਨਹੀਂ ਐ ਇੱਥੇ ਰਹਿ ਕੇ ਰਾਜ ਕਰਦੇ ਸੀਗੇ ਜਾ ਕੇ ਜਿਹੜੇ ਇਸਲਾਮ ਰੂਲਰ ਸੀਗੇ ਬਾਬਰ ਉਹਨੇ ਜਿਹੜੇ ਸੋਇਤੇ ਰਹਿੰਦੇ ਸੀਗੇ ਰਾਜ ਕਰਦੇ ਸੀਗੇ ਹੁਣ ਇੱਥੇ ਇੱਕ ਹੋਰ ਦੇਖਣ ਵਾਲੀ ਗੱਲ ਹੈ ਬਹੁਤ ਉਹ ਕਹੀ ਜਾਂਦੇ ਸਾਰੇ ਕਹੀ ਜਾਂਦੇ ਆ ਜੀ ਕਿ ਅੰਗਰੇਜ਼ਾਂ ਨੇ ਲੁੱਟ ਲਿਆ ਅੰਗਰੇਜ਼ਾਂ ਸੈਂਸ ਆਫ ਸਾਰੇ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਇੱਕ ਪਹਿਲਾਂ ਤਾਂ ਈਸਟ ਇੰਡੀਆ ਕੰਪਨੀ ਬਣੀ ਸੀਗੀ ਜਿਸ ਕੰਪਨੀ ਨੇ ਕੰਪਨੀ ਦੇ ਜਿਹੜੇ ਡਾਇਰੈਕਟਰ ਸੀਗੇ ਉਹਨਾਂ ਨੂੰ ਫਾਇਦਾ ਹੁੰਦਾ ਸੀ ਜਿਹੜਾ ਮਜ਼ਦੂਰ ਅੰਗਰੇਜ਼ੀ ਉਹਨੂੰ ਫਾਇਦਾ ਨਹੀਂ ਹੁੰਦਾ ਹੈ ਮਜ਼ਦੂਰ ਅੰਗਰੇਜ਼ ਉਦਾਂ ਹੀ ਸਫਰ ਕਰਦਾ ਸੀ ਜਿਦਾਂ ਗਰੀਬ ਕਰਦੇ ਸੇ ਹੁਣ ਮੈਂ ਤੁਹਾਨੂੰ ਇਸ ਟਾਈਮ ਦੀ ਗੱਲ ਦਾਂ ਜਿਸ ਵੇਲੇ ਕਿਹਾ ਜਾਂਦਾ ਹੈਗਾ ਆ ਮੁਗਲਾਂ ਦੇ ਟਾਈਮ ਵੀ ਸੁਲਤਾਨਾਂ ਦੇ ਟਾਈਮ ਵੀ ਅੰਗਰੇਜ਼ਾਂ ਦੇ ਟਾਈਮ ਵੀ ਜਿਹੜੀ ਗਵਰਨਮੈਂਟ ਆ ਰਨ ਹੁੰਦੀ ਸੀਗੀ ਉਹ ਤਾਂ ਸਾਰੇ ਇੱਥੇ ਦੇ ਇੱਥੇ ਦੇ ਲੋਕਾਂ ਦੀ ਮਦਦ ਦੇ ਨਾਲ ਰਨ ਹੁੰਦੀਆਂ ਸੀਗੀ ਗਵਰਨਮੈਂਟ ਜਿਹੜੇ ਅੰਗਰੇਜ਼ ਆ ਆਪਣੀ ਗਿਰਤੀ ਵੀ ਤਾਂ ਬਹੁਤ ਥੋੜੇ ਆਏ ਸੀਗੇ ਉਹ ਇੱਥੇ ਦੇ ਪਟਵਾਰੀ ਇੱਥੇ ਦੇ ਲੰਬardar ਇੱਥੇ ਸਾਰੇ ਇੱਥੇ ਦੇ ਮਦਦ ਦੇ ਨਾਲ ਰਾਜ ਕਰਦੇ ਸੀ ਉਹਨਾਂ ਨੇ ਇੱਥੇ ਟਾਊਟ ਪੈਦਾ ਕਰ ਲਏ ਆਪਣੇ ਸਰ ਮੈਂ ਤੁਹਾਨੂੰ ਉਹਨਾਂ ਨੂੰ ਟਾਊਟ ਕਹਿੰਦਾ ਉਹਨਾਂ ਨੂੰ ਤਾਂ ਕੁਝ ਹਮ ਅਸਲਾਮ ਵਾਲੇ ਇਹਦੇ ਟਾਈਮ ਕੀ ਸੀ ਸੁਲਤਾਨਾਂ ਦੇ ਟਾਈਮ ਜਾਂ ਮੁਗਲਾਂ ਦੇ ਟਾਈਮ ਕੀ ਸੀ ਉਸ ਵੇਲੇ ਵੀ ਜਿਹੜੇ ਸਾਰੇ ਕਾਮਕਾਰ ਜਿਹੜੇ ਸੀ ਹਿੰਦੂ ਜਿਹੜੇ ਸੀ ਉਹ ਅਹਲਕਾਰ ਕੰਮ ਕਰਦੇ ਸੀ ਹਿੰਦੂ ਪਟਵਾਰੀ ਹੁੰਦੇ ਸੀ ਹਿੰਦੂ ਰੈਵਨਿਊ ਅਫਸਰ ਫਿਰ ਬੜਿਆਂ ਉਧਿਆਂ ਤੇ ਟੋਡਰਮਲ ਸਿਗਾ ਜਾ ਕੇ ਬੀਰਵਾਲ ਸਿਗਾ ਰਾਜਾ ਜੈ ਸਿੰਘ ਸਿਗਾ ਰਾਜਾ ਜਸਵੰਤ ਸਿੰਘ ਸੀ ਤੇ ਰਾਜਾ ਮਾਨ ਸਿੰਘ ਸਿਗਾ ਜਾ ਕੇ ਬੜੇ ਬੜੇ ਉਧੇ ਜਿਹੜਾ ਥਿੰਦ ਸਾਹਿਬ ਅਮੀਰ ਹਿੰਦੂ ਸਿਗਾ ਜਾਂ ਅਮੀਰ ਮੁਸਲਮਾਨ ਸਿਗਾ ਉਹਨੂੰ ਕੋਈ ਤੰਗੀ ਨਹੀਂ ਸੀ ਚਾਹੇ ਅੰਗਰੇਜ਼ਾਂ ਦਾ ਰਾਜ ਸਿਗਾ ਤਾਂ ਚਾਹੇ ਉਹਨੂੰ ਜਿਹੜਾ ਸਿਗਾ ਬਾਬਰ ਦਾ ਰਾਜ ਸਿਗਾ ਚਾਹੇ ਰੰਗਜੀਤ ਦਾ ਰਾਜ ਸਿਗਾ ਰੰਗਜੀਤ ਦੇ ਰਾਜ ਦੇ ਵਿੱਚ ਜਿਹੜਾ ਅਮੀਰ ਹਿੰਦੂ ਤੋਂ ਬੜਿਆਂ ਉਧਿਆਂ ਤੇ ਸਿਗਾ ਗਰੀਬ ਮੁਸਲਮਾਨ ਤਾਂ ਉਦੋਂ ਹੀ ਪਸਿਆ ਜਾਂਦਾ ਸੀ ਨਾ ਜਿਵੇਂ ਗਰੀਬ ਹਿੰਦੂ ਪਸੇ ਇਸ ਤਰ੍ਹਾਂ ਨਹੀਂ ਹਿਸਟਰੀ ਨੂੰ ਲੈਂਦੇ ਹੈ ਹਿਸਟਰੀ ਨੂੰ ਹੋਰ ਤਾਂ ਰਹਿੰਦੇ ਆ ਰੰਗ ਦੇ ਹਿਸਾਬ ਨਾਲ ਮਜ਼ਹਬ ਦੇ ਹਿਸਾਬ ਨਾਲ ਇਸ ਤਰ੍ਹਾਂ ਅੰਗਰੇਜ਼ਾਂ ਦੀ ਜਦੋਂ ਗੱਲ ਕਰਦੇ ਆਂ ਅੰਗਰੇਜ਼ਾਂ ਦੀ ਗੁਲਾਮੀ ਦੀ ਗੱਲ ਕਰਦੇ ਆਂ ਉਹ ਤਾਂ ਗੱਲ ਪੱਕੀ ਆ ਨਾ ਕਿ ਅੰਗਰੇਜ਼ਾਂ ਨੇ ਇੱਥੇ ਆਪਣੇ ਟਾਊਟ ਪੈਦਾ ਕਰ ਲਏ ਇੱਥੇ ਜਿਹੜੇ ਉਹਨਾਂ ਦੇ ਜਿਹੜੇ ਜ਼ਗੀਰਦਾਰ ਕਾਈਂਡ ਆਫ ਪੀਪਲ ਜਿਨ੍ਹਾਂ ਨੂੰ ਜ਼ਗੀਰਾਂ ਲਾ ਦਿੱਤੀਆਂ ਇੱਥੋਂ ਦਾ ਹੀ ਸਮਾਨ ਕੁਝ ਕੁ ਲੋਕਾਂ ਨੂੰ ਲਟਾ ਕੇ ਪਾੜ ਕੇ ਰਾਜ ਕੀਤਾ ਥਿੰਦ ਸਾਹਿਬ ਬਹੁਤ ਕਿਹੜੀ ਗਵਰਨਮੈਂਟ ਹੈ ਜਿਹੜੀ ਪਾੜ ਕੇ ਰਾਜ ਨਹੀਂ ਕਰਦੀ ਮਹਾਭਾਰਤ ਤੋਂ ਲੈ ਕੇ ਦੇਖ ਲਓ ਜਾ ਕੇ ਰਮਾਇਣ ਤੋਂ ਜਾ ਕੇ ਲੇਖ ਲਓ ਕਿ ਹਰ ਗਵਰਨਮੈਂਟ ਦੀ ਇਹ ਕੋਸ਼ਿਸ਼ ਹੁੰਦੀ ਆ ਵੀ ਮੇਰਾ ਜਿਹੜਾ ਦੁਸ਼ਮਣ ਹੈ ਦੋ ਹਿੱਸਿਆਂ 'ਚ ਵੰਡਿਆ ਜਾਵੇ ਜਾ ਕੇ ਇਹ ਕੋਈ ਇਹ ਨਹੀਂ ਆ ਵੀ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਡਿਵਾਈਡ ਐਂਡ ਰੂਲ ਅੰਗਰੇਜ਼ੀ ਦਾ ਲਾਭ ਹੀ ਵਰਤ ਲਿਆ ਹੋਊਗਾ ਪਾੜੋ ਤੇ ਰਾਜ ਕਰੋ ਪਹਿਲਾਂ ਤੇ ਰਾਜ ਕਰ ਰਿਹਾ ਜਾ ਕੇ ਮਹਾਭਾਰਤ ਦੇਖ ਲਓ ਸਾਰੇ ਪਿੱਛੇ ਜਿੱਨੀ ਮਾਰੀ ਦੇ ਲੋ ਮਹਾਰਾਜਾ ਰਜੀਤ ਸਿੰਘ ਨੇ ਪਾੜ ਕੇ ਜਾਈ ਬ੍ਰਦਰ ਅੱਧਾ ਉਧਰ ਕਰ ਦਿੱਤੇ ਸੱਦੇ ਉਧਰ ਕਰ ਦਿੱਤੇ ਸੀ ਇਹ ਸਾਰੇ ਕਰਦੇ ਆ ਇਹ ਨਹੀਂ ਹੈ ਜਾ ਕੇ ਵੀ ਅੰਗਰੇਜ਼ਾਂ ਨੇ ਕੀਤਾ ਜਿਨ੍ਹਾਂ ਨੂੰ ਤੁਸੀਂ ਟਾਊਟ ਕਹਿੰਦੇ ਆ ਦੂਜੇ ਕਹਿੰਦੇ ਆ ਉਹ ਗਵਰਨਮੈਂਟ ਦੇ ਹੈਲਪਰਸ ਹੁਣ ਜੇ ਬਾਬਰ ਦੀ ਜਿਹੜਾ ਬਾਬਰ ਦੇ ਟਾਈਮ ਵਿੱਚ ਜਿਹੜਾ ਰਾਜੇ ਨੇ ਬੰਦਿਆਂ ਨੇ ਰਾਜ ਕੀਤਾ ਜਾ ਕੇ ਜਿਹਨੇ ਉਹਨਾਂ ਦੀ ਮਦਦ ਕੀਤੀ ਉਹ ਦੇ ਵਰ ਡੂਇੰਗ ਅ ਜੌਬ ਉਹ ਉਹ ਪਰਸਨ ਹੈਲਪਰ ਕਿਵੇਂ ਹੋ ਸਕਦੇ ਆ ਜਿਨ੍ਹਾਂ ਨੇ ਅੰਗਰੇਜ਼ਾਂ ਦੇ ਡੇਟੇ ਚੜ ਕੇ ਤੇ ਆਪਣੇ ਲੋਕਾਂ ਦਾ ਕਹਾਣ ਕਰ ਦਿੱਤਾ ਸਿੰਘ ਸਾਹਿਬ ਜਿਹੜੇ ਹੁਣ बिजनेਸਮੈਨ ਨੇ ਜਿਹੜੇ ਬੜੇ ਬੜੇ ਕਾਰਪੋਰੇਟ ਵਰਲਡ ਦੀ ਮਦਦ ਕਰਕੇ ਆਪਣੇ ਬੰਦਿਆਂ ਦਾ ਕਹਾਣ ਕਰ ਰਹੇ ਆ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਹੁਣ ਗਵਰਨਮੈਂਟ ਦਾ ਕੋਆਪਰੇਟ ਕਰ ਰਹੇ ਉਹਨਾਂ ਨੂੰ ਕੀ ਕਹੋਗੇ ਉਹ ਜਿਹੜੇ ਹੁਣ ਮਾਰੇ ਹੁਣ ਨਹੀਂ ਮਰਦੇ ਬੰਦੇ ਹੁਣ ਕਹਿੰਦੇ ਤੁਸੀਂ ਕਹਿੰਦੇ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਇੰਨੇ ਬੰਦੇ ਬੇਗੁਨਾਹ ਮਾਰੇ ਗਏ ਹੁਣ ਬੇਗੁਨਾਹ ਬੰਦੇ ਨਹੀਂ ਮਾਰੇ ਜਾਂਦੇ ਹਿੰਦੁਸਤਾਨ ਚ ਨਹੀਂ ਮਾਰੇ ਜਾਂਦੇ ਪਾਕਿਸਤਾਨ ਚ ਨਹੀਂ ਮਾਰੇ ਜਾਂਦੇ ਜਾ ਕੇ ਉਹ ਤੁਸੀਂ ਇਹ ਜਿਸ ਬੰਦੇ ਨੇ ਥਨਸਾ ਰਾਜ ਕਰਨਾ ਚਾਹੇ ਉਹਦੀ ਸਕਿਨ ਚਿੱਟੀ ਆ ਚਾਹੇ ਉਹਦੀ ਸਕਿਨ ਕਾਲੀ ਆ ਚਾਹੇ ਉਹਦੀ ਸਕਿਨ ਪੀਲੀ ਆ ਜਿੰਨ ਵੀ ਉਹਦੇ ਖਿਲਾਫ ਬਗਾਵਤ ਕਰਨੀ ਉਹਨਾਂ ਨੂੰ ਦਬੋਣਾ ਹੈ ਚਾਹੇ ਉਹਦੇ ਮਜ਼ਬਦ ਦਾਇਆ ਚਾਹੇ ਉਹਦੇ ਦੂਜੇ ਮਜ਼ਬਦ ਦਾਇਆ ਇਹ ਗੱਲਾਂ ਨਹੀਂ ਇਹ ਕਰਦੇ ਉਹ ਕਹਿੰਦੇ ਜੀ ਮੁਸਲਮਾਨ ਹਿੰਦੂ ਨੂੰ ਦਬਾਉਂਦਾ ਹਿੰਦੂ ਮੁਸਲਮਾਨ ਨੂੰ ਇਦਾਂ ਦੀਆਂ ਗੱਲਾਂ ਕਰ ਕਰਕੇ ਲੋਕਾਂ ਨੂੰ ਗਮਰਾਹ ਕੀਤਾ ਜਾਂਦਾ ਜਾ ਕੇ ਵੀ ਇਹ ਸਾਰੀ ਸੋਸਾਇਟੀ ਵਿੱਚ ਬਸ ਜਾਂ ਹਿੰਦੂ ਜੀਂਦੇ ਜਾਂ ਮੁਸਲਮਾਨ ਜੀਂਦੇ ਜਾਂ ਫਰਾਨੇ ਜੀਂਦੇ ਤੁਸੀਂ ਅੰਗਰੇਜ਼ ਦੇ ਰਾਜ ਨੂੰ ਜਸਟੀਫਾਈ ਕਰਦੇ ਮੈਂ ਥਿੰਸਾ ਅੰਗਰੇਜ਼ ਦੇ ਰਾਜ ਨੂੰ ਨਹੀਂ ਮੈਂ ਜਸਟੀਫਾਈ ਕਰਦਾ ਮੈਂ ਹਰ ਉਸ ਰਾਜ ਨੂੰ ਜਸਟੀਫਾਈ ਨਹੀਂ ਕਰ ਸਕਦਾ ਜਿਹੜਾ ਜ਼ੁਲਮ ਕਰਦਾ ਆ ਜਾ ਕੇ ਜਿਹੜਾ ਜ਼ੁਲਮ ਕਰਦਾ ਚਾਹੇ ਉਹ ਕਾਲੇ ਦਾ ਰਾਜਾ ਤੇ ਚਾਹੇ ਉਹ ਗੋਰੇ ਦਾ ਰਾਜਾ ਇਹ ਮੈਨੂੰ ਇਸ ਗੱਲ ਦਾ ਫਰਕ ਨਹੀਂ ਪੈਂਦਾ ਹੈਗਾ ਵੀ ਉਹਦੀ ਸਕਿਨ ਦਾ ਕਲਰ ਕੀ ਹੈਗਾ ਜਿਹੜਾ ਜ਼ੁਲਮ ਕਰਦਾ ਅੰਗਰੇਜ਼ਾਂ ਦਾ ਫਰਕ ਕੀ ਸੀ ਮੈਂ ਤੁਹਾਨੂੰ ਦੱਸਾਂ ਅੰਗਰੇਜ਼ਾਂ ਦਾ ਫਰਕ ਇਹ ਸੀਗਾ ਕਿ ਉਹ ਇੱਥੇ ਦੀ ਕਪਾਹ ਖਰੀਦਦੇ ਸੀ ਮਾਂਚੈਸਟਰ ਦੀ ਮਿਲਨ ਚ ਕਪੜਾ ਬਣਾਉਂਦੇ ਸੀ ਉਹ ਮੁੜ ਕੇ ਲਿਆ ਕੇ ਫੇਰ ਇੱਥੇ ਕਪੜਾ ਵੇਚਦੇ ਸੀ ਪ੍ਰੋਫਿਟ ਬਾਕੀ ਲੈ ਜਾਂਦੇ ਸੀ ਹੁਣ ਹੁਣ ਜਿਹੜਾ ਬਿਜ਼ਨਸਮੈਨ ਸਰਮਾਇਦਰ ਉਹ ਕੀ ਕਰਦਾ ਉਹ ਕਹਿੰਦਾ ਕਿਸਾਨ ਤੋਂ ਆਲੂ ਲੈਂਦਾ ਆਲੂ ਲੈ ਕੇ ਉਹਨਾਂ ਦੇ ਚਿਪਸ ਬਣਾਉਂਦਾ ਚਿਪਸ ਬਣਾ ਕੇ ਉਹ ਦੂਜੇ ਵਿੱਚ ਪਾ ਕੇ ਨੇ ਨਹੀਂ ਹੁਣ 스위ਟਜ਼ਰਲੈਂਡ ਦੇ ਬੈਂਕ ਜਮਾ ਕਰਾਉਂਦਾ 스위ਟਜ਼ਰਲੈਂਡ ਦੇ ਬੈਂਕ ਕਾ ਜਮਾ ਕਰਾਉਂਦਾ ਅਸੀਂ ਉਹ ਕਹਿੰਦੇ ਉਹਦਾ ਸਾਨੂੰ ਦੁੱਖ ਨਹੀਂ ਹੁੰਦਾ ਜਿਆ ਕੇ ਉਹਦਾ ਕਿਉਂਕਿ ਉਹਦੀ ਸਕਿਨ ਦਾ ਕਲਰ ਜਿਹੜਾ ਸਾਡੇ ਵਰਗਾ ਹੈ ਅੰਗਰੇਜ਼ ਹੁਣ ਮੈਂ ਜਿੱਦਾਂ ਪਹਿਲਾਂ ਕੀਤਾ ਥਿੰਸ ਸਾਹਿਬ ਜਿਹੜਾ ਅੰਗਰੇਜ਼ ਈਸਟ ਇੰਡੀਆ ਕੰਪਨੀ ਦੇ ਜਿਹੜੇ ਬੰਦੇ ਸੀ ਡਾਇਰੈਕਟਰ ਉਹ ਫਾਇਦਾ ਹਟਾਉਂਦੇ ਸੀ ਉੱਥੇ ਦਾ ਮਜ਼ਦੂਰ ਫਾਇਦਾ ਨਹੀਂ ਸੀ ਹਟਾਉਂਦਾ ਲੋ ਇੱਕ ਮੈਂ ਛੋਟੀ ਜੀ ਮਿਸਾਲ ਤੁਹਾਨੂੰ ਹੋਰ ਦਿੰਦਾ ਦਿਓ 47 ਦੇ ਵਿੱਚ ਜੋ ਇੰਗਲੈਂਡ ਦੇ ਮਜ਼ਦੂਰ ਦੀ ਹਾਲਤ ਸੀਗੀ ਹਮ ਅਗਲਿਆਂ 10 ਸਾਲਾਂ ਵਿੱਚ ਉਹ ਇੰਨੀ ਵੱਧ ਗਈ ਜਦ ਕੋਈ ਇੰਡੀਆ ਛੱਡਿਆ ਉਹ ਨਹੀਂ ਇੰਡੀਆ ਦੀ ਲੁੱਟ ਜਦ ਬੰਦ ਹੋ ਗਈ ਜਿਹਨੂੰ ਤੁਸੀਂ ਕਹਿੰਦੇ ਆ ਉਹ ਤੋਂ ਬਾਅਦ ਤਾਂ ਉਹਨਾਂ ਦਾ ਸਟੈਂਡਰਡ ਬਹੁਤ ਐਪ ਹੋ ਗਿਆ ਜਾ ਕੇ ਉਹ ਜਿਹੜਿਆਂ ਦਾ ਪਹਿਲਾਂ ਸੀਗਾ ਕਿਉਂਕਿ ਉਹਨਾਂ ਨੂੰ ਤਾਂ ਕੁਝ ਮਿਲਦਾ ਨਸੀ ਇਹ ਵਿੱਚੋਂ ਉਹ ਤਾਂ ਉਦਾਂ ਹੀ ਚਿਮਨੀਆਂ ਤਾਂ ਸਾਫ਼ ਕਰਕੇ ਕਰਕੇ ਧੂਏ ਦੇ ਪੇਂ ਨਿਆਣੇ ਮਾਰਦੇ ਸੀ ਉਹਨਾਂ ਦੇ ਕਿਉਂਕਿ ਉਹਨਾਂ ਨੂੰ ਫਰਕ ਨਹੀਂ ਸੀ ਬਈ ਸੋ ਸੈਂ ਦੇਖਣ ਵਾਲੀ ਗੱਲ ਇਹ ਆ ਬਈ ਪੈਸੇ ਦਾ ਗਰੀਬ ਗਰੀਬ ਦੇ ਲਈ ਜਿਹੜੀ ਚੇਂਜ ਆਫ ਗਵਰਨਮੈਂਟ ਹੀ ਹੁੰਦੀ ਆ ਆਜ਼ਾਦੀ ਜਿਹੜੀ ਉਹਦੇ ਨਹੀਂ ਉਹਦੇ ਲਈ ਚੇਂਜ ਆਫ ਗਵਰਨਮੈਂਟ ਆ ਇੱਕ ਗਵਰਨਮੈਂਟ ਚੇਂਜ ਹੋ ਗਈ ਐ ਇੱਕ ਦੋ ਗਵਰਨਮੈਂਟ ਜਿੱਦਾਂ ਹੁਣ ਕਹਿੰਦੇ ਸੀ ਜੀ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਅਸੀਂ ਇੱਕ ਗਲਤ ਵੀ ਬੜਾ ਹੁੰਦਾ ਪੇ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਇੰਨੇ ਲੋਕ ਗੋਰਿਆਂ ਨੇ ਮਾਰ ਦਿੱਤੇ ਮੈਂ ਬਹੁਤ ਮਾੜੀ ਗੱਲ ਕੀਤੀ ਆ ਮਾਰਨਾ ਕਿਸੇ ਦੀ ਜਾਨ ਲੈਣੀ ਨਹੀਂ ਚੰਗੀ ਨਹੀਂ ਕੀ ਉਹ ਤੋਂ ਬਾਅਦ ਨਹੀਂ ਹੁੰਦਾ ਕਿ ਹੁਣ ਨਹੀਂ ਹੁੰਦੇ ਫੜਫੜ ਕੇ ਬੰਦੇ ਮਾਰੇ ਜਾਂਦੇ ਹੈਗੇ ਕਿਤੇ ਜਿੱਥੇ ਕਿ ਹਿੰਦੁਸਤਾਨ ਚ ਨਹੀਂ ਮਾਰੇ ਜਾਂਦੇ ਪਾਕਿਸਤਾਨ ਚ ਨਹੀਂ ਮਾਰੇ ਜਾਂਦੇ ਸੋ ਸੁਸਾਇਟੀ ਨੂੰ ਜਾਂ ਇਤਿਹਾਸ ਨੂੰ ਇਸ ਹਿਸਾਬ ਨਾਲ ਨਾ ਬੰਡੋਇਆ ਪੇ ਕਾਲਾ ਆ ਜਾਂ ਗੋਰਾ ਆ ਜਾ ਕੇ ਹੁਣ ਗੋਰਿਆਂ ਨੇ ਰਾਜ ਕੀਤਾ ਜਾ ਕੇ ਉਹ ਬਸਤੀਵਾਦ ਦਾ ਟਾਈਮ ਸੀ ਉਸ ਵੇਲੇ ਕਲੋਨੀਅਲਿਜ਼ਮ ਦਾ ਟਾਈਮ ਸੀ ਕਲੋਨੀਅਲ ਸਾਰੀ ਦੁਨੀਆ ਦੇ ਵਿੱਚ ਅੰਗਰੇਜ਼ ਵੀ ਪੁਰਤਗਾਲੀ ਵੀ ਫ੍ਰਾਂਸੀਸੀ ਵੀ ਇਹ ਸਾਰੇ ਤਰੀਕੋ ਸੇ ਕਲੋਨੀਆਂ ਬਣਾਉਣੀਆਂ ਇੰਦੀ ਫੇ ਕਲੋਨੀਆ ਅਫਰੀਕਾ ਚ ਵੀ ਬਣਾਈਆਂ ਏਸ਼ੀਆ ਚ ਬਣਾਈਆਂ ਹਿੰਦੁਸਤਾਨ ਚ ਵੀ ਬਣਾਈਆਂ ਪਰ ਉਹ ਕਲੋਨੀਅਲ ਦੀ ਜਿਹੜੀ ਲੁੱਟ ਸੀਗੀ ਉਹ ਕੁਝ ਚੰਦ ਹੱਥਾਂ ਦੇ ਵਿੱਚ ਗਈ ਆ ਉਹ ਉੱਥੇ ਉਹਨਾਂ ਮੁਲਕਾਂ ਦੇ ਮਜ਼ਦੂਰਾਂ ਦੇ ਹੱਥਾਂ ਚ ਨਹੀਂ ਗਈ ਆ ਉਹ ਜਿਸ ਵੇਲੇ ਸਿੰਘ ਸਾਹਿਬ ਜਿਹੜਾ ਇੱਥੇ ਦਾ ਅਮੀਰ ਰਿਚ ਪੀਪਲ ਸਗਾ ਉਹ ਜਿਹੜਾ ਸਗਾ ਉਹ ਉਹਨੂੰ ਉਹਨੂੰ ਤਾਂ ਉਹ ਤਾਂ ਉਹਦੇ ਜ਼ਿੰਦਗੀ ਜੀ ਰਹੀ ਸੀ ਜਿਹਦਾ ਹੁਣ ਜੀ ਰਿਹਾ ਜਾ ਕੇ ਸੋ ਇੱਕ ਤਾਂ ਮੇਰਾ ਕਹਿਣ ਤੋਂ ਮਤਲਬ ਇਹ ਹੈ ਵੀ ਇਹ ਇਸ ਪੱਖੋਂ ਹਿਸਟਰੀ ਨੂੰ ਦੇਖਿਆ ਜਾਵੇ ਹੁਣ ਆਪਾਂ ਨੈਸ਼ਨਲ ਮੂਵਮੈਂਟ ਤੇ ਆ ਜਾਂਦੇ ਹਾਂ ਮੈਨੂੰ ਇਸ ਤੋਂ ਪਹਿਲਾਂ ਮੂਵਮੈਂਟ ਜਾਣ ਤੋਂ ਪਹਿਲਾਂ ਮੈਂ ਤੁਹਾਡਾ ਗੱਲ ਪਾਕਿਸਤਾਨ ਦੀ ਕਰਨੀ ਚਾਹਣਾ ਪਾਕਿਸਤਾਨ ਨੂੰ ਸਿਰਫ ਆਜ਼ਾਦੀ ਨਹੀਂ ਮਿਲੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦਾ ਜਨਮ ਹੋ ਉਸ ਆਜ਼ਾਦੀ ਤੋਂ ਅੱਜ ਕੱਲ੍ਹ ਦੇ ਦਿਨ 14 15 ਅਗਸਤ ਨੂੰ ਹਾਂ ਬਿਲਕੁਲ ਇਹ ਤਾਂ ਨਵਾਂ ਮੁਲਕ ਉਹਨਾਂ ਨੇ ਪੈਦਾ ਨਵਾਂ ਮੁਲਕ ਨਵਾਂ ਇਹਦੇ ਬਾਰੇ ਵੀ ਸੰਤੋਖ ਦੇਖੋ ਨਵਾਂ ਮੁਲਕ ਜਿਹੜਾ ਉਹ ਦੇਖੋ ਤੁਹਾਨੂੰ ਮੈਂ ਸੰਤ ਸਾਬ ਇਹ ਜਿਹੜੇ ਜਿੰਦੇ ਵੀ ਸਿਆਸਤਦਾਨ ਆ ਇਹ ਨਹੀਂ ਇਸ ਗੱਲ ਤੇ ਜ਼ੋਰ ਪਹਿਲਾਂ ਤੋਂ ਪਾਉਣਾ ਸ਼ੁਰੂ ਕਰਤਾ ਸੀ ਇਹ ਹਿੰਦੂ ਆ ਇਹ ਮੁਸਲਮਾਨ ਆ ਇਹ ਹਿੰਦੂ ਆ ਇਹ ਮੁਸਲਮਾਨ ਆ ਹੁਣ ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਈਸਟ ਇੰਡੀਆ ਕੰਪਨੀ ਆ ਗਈ ਈਸਟ ਇੰਡੀਆ ਕੰਪਨੀ ਪਹਿਲਾਂ ਤੁਸੀਂ ਦੇਖੋ ਤਕਰੀਬਨ ਮਹਾਰਾਜਾ ਜਹਾਂਗੀਰ ਦੇ ਟਾਈਮ ਵਿੱਚ ਪਹਿਲਾਂ ਆ ਗਈ ਜਗੇ ਉਨੀ ਥੋੜੇ ਜਿਹਾ ਉਹਨਾਂ ਤੋਂ ਅਧਿਕਾਰ ਲੈ ਲਏ ਫੇ ਸਾਨੂੰ ਟ੍ਰੇਡ ਕਰਨ ਅਧਿਕਾਰ ਦਿਓ ਇੱਥੇ ਜਿਹੜਾ ਹੈਗਾ ਸਾਨੂੰ ਤਜਾਰਤ ਕਰਨ ਦਾ ਤਜਾਰਤ ਕਰਨ ਦਾ ਥੋੜੇ ਜਿਹਾ ਅਧਿਕਾਰ ਉਹਨਾਂ ਨੂੰ ਮਿਲਿਆ ਸੂਰਤ ਤੋਂ ਸ਼ੁਰੂ ਕੀਤਾ ਫੇ ਬਾਅਦ ਦੇ ਵਿੱਚ ਇਹ ਬੰਗਾਲਲ ਨੂੰ ਆ ਗਿਆ ਈਸਟ ਇੰਡੀਆ ਕੰਪਨੀ ਨੇ ਤਿਆਰਤ ਕਰਨ ਦੇ ਲਈ ਪਹਿਲਾਂ ਇਹ ਕੀਤਾ ਪਈ ਜੀ ਸਾਡੇ ਗੋਦਾਮ ਆ ਬੜੇ ਬੜੇ ਗੋਦਾਮਾਂ ਦੀ ਰਾਖੀ ਦੇ ਲਈ ਸਾਨੂੰ ਕੁਝ ਗਾਰਡ ਚਾਹੀਦੇ ਉਨੀ ਤੋਂ ਗਾਰਡ ਭਰਤੀ ਕਰ ਲੈ ਭਰਤੀ ਕਰ ਦੋ ਗਾਰਡਾਂ ਤੋਂ ਭਰਤੀ ਆਰਮੀ ਗਾਰਡ ਚਾਹੀਦੀ ਆਰਮੀ ਉਹ ਹੌਲੀ 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 ਆਰਮੀ ਬਣਾ ਲੀ ਆਰਮੀ ਬਣਾ ਦੇ ਆਰਮੀ ਬਣਾ ਕੇ ਜਿਹੜਾ ਪਹਿਲਾ ਤਕੜਾ ਸੰਘਰਸ਼ ਹੋਇਆ ਉਹ ਬੰਗਾਲ ਦੇ ਵਿੱਚ ਪਲਾਸੀ ਦੀ ਲੜਾਈ ਹੋਈ ਜਾਏਗੀ ਪਲਾਸੀ ਦੀ ਲੜਾਈ 1757 ਦੇ ਵਿੱਚ ਸਰਾਜੋਦौला ਦੇ ਨਾਲ ਹੋਈ ਹੁਣ ਉਹ ਤੋਂ ਮੁਸਲਮਾਨ ਸੀਗਾ ਅੱਛਾ ਉਹਨੇ ਗਿਦਾਰੀ ਕੀਤੀ ਉਹਦੇ ਜਨਰਲ ਮੀਰ জাফর ਨੇ ਜਾ ਉਹ ਵੀ ਮੁਸਲਮਾਨ ਸੀਗਾ ਠੀਕ ਹੈ ਹੁਣ ਮੈਂ ਮੈਨੂੰ ਨੌ ਲੈਣੇ ਪੈਂਦੇ ਹਾਲਾਂਕਿ ਹੇਟ ਮੈਨੂੰ ਨੌਲ ਐਂਡ ਹੇਟ ਨੌਲ ਮੈਨੂੰ ਉੱਥੇ ਰੂਲਰ ਇਹ ਕਹਿਣਾ ਚਾਹਣਾ ਮੈਨੂੰ ਨਹੀਂ ਮੇਰਾ ਨਹੀਂ ਦਿਲ ਕਰਦਾ ਕਹਾਂ ਭੀ ਆਹ ਮੁਸਲਮਾਨ ਸੀਤਾ ਹੈ ਹਿੰਦੂ ਸੀਗਾ ਖੈਰ ਇਹ ਨਹੀਂ ਬੇ ਪਲਾਸੀ ਦੀ ਲੜਾਈ ਤੋਂ ਬਾਅਦ ਫਿਰ ਇੱਕ ਜਿੱਤਾਂ ਦਾ ਦੌਰ ਸ਼ੁਰੂ ਹੋ ਗਿਆ ਕਿਉਂਕਿ ਉਹਨਾਂ ਕੋ ਪਾਵਰ ਆ ਗਈ ਜੀ ਆਰਮੀ ਬੜੀ ਹੋ ਗਈ ਜਾ ਕੇ ਵਾਵਾ ਹੋ ਗਈ ਜਾ ਕੇ ਵੀ ਤਕੜੀ ਹੋ ਗਈ ਜਾ ਕੇ ਬਾਕੀ ਜਿਨ੍ਹਾਂ ਦਾ ਉਹਨਾਂ ਨਾਲ ਬਾਕੀਆਂ ਨਾਲ ਮੁਕਾਬਲੇ ਸੇ ਪੁਰਤਗੀਜ਼ਾਂ ਦੇ ਨਾਲ ਫ੍ਰਾਂਸੀਸੀਅਨ ਉਹ ਨਹੀਂ ਉਹਨਾਂ ਸਿਰ ਦੇ ਤਾ ਪਿੱਛੇ ਅੰਗਰੇਜ਼ ਅੱਗੇ ਆ ਗਏ ਉਹਨਾਂ ਕੋਲੇ ਥੋੜਾ ਜਿਹਾ ਗੁਆ ਰਹਿ ਗਿਆ ਗੁਆ ਮਗਰ ਥੋੜਾ ਚੜਾ ਪੁੰਜੀ ਜਾਂ ਇਦਾਂ ਦਾ ਰਹਿ ਰੂਗਾ ਜਾ ਕੇ ਇਹਨੇ ਉੱਥੋਂ ਵੀ ਚੱਲਦਾ ਫਿਰ ਦੌਰ ਸ਼ੁਰੂ ਹੋਇਆ ਜੀ ਚੱਲਦਾ ਗਿਆ ਦੌਰ ਫਿਰ ਤੁਸੀਂ ਦੇਖੋ 1700 ਅੱਗੇ ਆ ਗਏ ਫਿਰ ਇਹਨਾਂ ਦੀ ਫਿਰ ਅੱਛਾ ਫਿਰ ਤੁਸੀਂ ਦੇਖੋ ਫਿਰ ਆ ਕੇ ਟਿੱਪੂ ਸੁਲਤਾਨ ਹیدر ਅਲੀ ਨਾਲ ਲੜਾਈਆਂ ਹੋਈਆਂ ਹیدر ਅਲੀ ਜਿਹੜਾ ਸੀਗਾ ਫਿਰ ਮੈਨੂੰ ਉਹੀ ਕਹਿਣਾ ਪੈ ਰਿਹਾ ਪਿਆ ਹیدر ਅਲੀ ਵੀ ਕੋਈ ਉਹ ਵੀ ਮੁਸਲਮਾਨ ਸੀਗਾ ਹیدر ਅਲੀ ਨੇ ਡੱਟ ਕੇ ਅੰਗਰੇਜ਼ਾਂ ਨਾਲ ਲੜਾਈ ਕੀਤੀ ਟਿੱਪੂ ਸੁਲਤਾਨ ਨੂੰ ਕਹਿੰਦੇ ਰਹੇ ਜਾ ਕੇ ਵੀ ਅੰਗਰੇਜ਼ਾਂ ਨਾਲ ਸਮਝੌਤਾ ਕਰ ਲੈ ਟਿੱਪੂ ਸੁਲਤਾਨ ਨੇ ਨਹੀਂ ਕੀਤਾ ਤੀਪੂ ਸੁਲਤਾਨ ਆਗ ਸੀਰਿੰਗ ਪਟਮ ਕਿਲੇ ਦੀਆਂ ਦੀਵਾਰਾਂ ਦੇ ਉੱਤੇ ਤਲਵਾਰ ਲੈ ਕੇ ਲੜਦਾ ਹੋਇਆ ਮਾਰਿਆ ਗਿਆ ਹੁਣ ਸਮਝੌਤਾ ਨਹੀਂ ਕੀਤਾ ਅੰਗਰੇਜ਼ਾਂ ਦੇ ਨਾਲ ਜਾ ਕੇ ਉਹ ਕਹਿੰਦਾ ਨਹੀਂ ਮੈਂ ਕਰਨ ਜਾ ਕੇ ਸੋ ਉਹ ਉਹਦਾ ਬੜਾ ਰੋਲ ਸੀਗਾ ਜਾ ਕੇ ਤੀਪੂ ਸੁਲਤਾਨ ਦਾ ਤਕਰੀਬਨ ਉਹੀ ਟਾਈਮ ਹੈ ਜਿਹੜਾ ਮਹਾਰਾਜਾ ਬਿਲਕੁਲ 1799 ਉੱਥੇ ਕੋਈ ਹੋਰ ਟਾਈਮ ਹੈ ਪਰ ਹੁਣ ਸਮਝ ਨਹੀਂ ਆਉਂਦਾ ਖੈਰ ਅੱਗੇ ਅੱਗੇ ਆਪਾਂ ਲੈ ਹੋ ਜਾ ਕੇ ਅੱਗੇ ਲਿਆਂਦੇ ਲਿਆਂਦੇ ਅਸੀਂ ਜੇ ਕਿ ਜੇ ਹੁਣ ਆ ਜਾਂਦੇ ਆਖਰੀ ਲੜਾਈ ਫਿਰ ਜਿੱਤਦੇ ਜਿੱਤਦੇ ਜਾ ਕੇ ਆਖਰੀ ਲੜਾਈ ਫੇ ਕਹਿ ਸਕਦੇ ਆ ਪੰਜਾਬ ਦੇ ਵਿੱਚ ਸਿੱਖਾਂ ਦੀ ਲੜਾਈ ਹੋਈ ਹੈ ਜੇ ਹੁਣ ਤੁਸੀਂ ਜੈਨ ਜਿਹਨੂੰ ਵਾਰ ਆਫ ਇੰਡੀਪੈਂਡੈਂਸ ਕਹਿਣਾ ਚਾਹੁੰਦੇ ਆ ਇਨ ਨੂੰ ਕੋਈ ਕਹੇਦਾ ਮੈਂ ਵਾਰ ਆਫ ਇੰਡੀਪੈਂਡੈਂਸ ਜਿਹੜੀਆਂ ਫਸਟ ਸਿੱਖ ਵਾਰ ਸੈਕੰਡ ਸਿੱਖ ਵਾਰ ਤੇ ਟਿੱਪੂ ਸੁਲਤਾਨ ਦੀਆਂ ਲੜਾਈਆਂ ਇਹਨਾਂ ਨੂੰ ਵਾਰ ਆਫ ਇੰਡੀਪੈਂਡੈਂਸ ਮੈਂ ਕਹਿ ਸਕਦਾ ਫਿਰ ਜੇ ਇਹ ਤਾਂ ਮੈਂ ਪਹਿਲਾਂ ਥੋੜਾ ਜਿਹਾ ਕਹਿ ਦਿੱਤਾ ਕਿਉਂਕਿ ਗੱਲਾਂ ਮੈਂ 1857 ਦੀ ਗੱਲ ਕਰਨੀ ਹੈ ਅੰਗਰੇਜ਼ੀ ਅੰਗਰੇਜ਼ੀ ਨਾਲ ਸਰਕਾਰ ਅੰਗਰੇਜ਼ੀ ਰਾਜ ਦੇ ਖਿਲਾਫ ਵਾਰ ਆਫ ਇੰਡੀਪੈਂਡੈਂਸ ਜਿਹਨੂੰ ਆਪਾਂ ਕਹਿੰਦੇ ਆ ਵਾਰ ਆਫ ਇੰਡੀਪੈਂਡੈਂਸ ਜਿਹੜੀ 1845 ਦੇ ਵਿੱਚ ਫਸਟ ਐਂਗਲੋ ਸਿੱਖ ਵਾਰ ਦੇ ਵਿੱਚ ਉਹਨੂੰ ਨਾਮ ਦਿੱਤਾ ਜਾ ਸਕਦਾ 1948 ਨੂੰ ਜਿਹੜੀ ਸੈਕੰਡ ਸਿਕਵਾਰ ਨੂੰ ਜਿਹੜਾ ਹੈ ਨਾਮ ਦਿੱਤਾ ਜਾ ਸੀਗਾ ਕਿਉਂਕਿ ਉਹ ਜੰਗ ਕਰ ਲਈ ਸੀ ਉਹ ਵਾਰ ਆਫ ਇੰਡੀਪੈਂਡੈਂਸ ਸੀ ਵੀ ਅਸੀਂ ਇਹ ਨਹੀਂ ਹੋਣਾ ਕਿ 57 ਤੋਂ ਬਾਅਦ ਚਾਹੀਏ ਨਾ ਫਿਰ 57 ਬਾਅਦ ਦੇ ਵਿੱਚ ਆਈ ਹੈ 57 ਜਿਹੜੀ ਆ ਵਾਰ ਆਫ ਇੰਡੀਪੈਂਡੈਂਸ ਨਹੀਂ ਸੀ 57 ਵਾਰ ਤੋਂ ਪੋਲਸੀ ਦੀ ਸੀ ਜਿਹੜੇ ਵਾਰ ਆਫ ਇੰਡੀਪੈਂਡੈਂਸ ਸੀ ਉਹ ਰਾਜਧਾਨੇ ਸੇ ਆ ਪੀਪਲ ਸਲਤਾਨੀਆਂ ਜਾਂ ਦੋ ਸਿੱਖ ਵਾਰਾਂ ਨੂੰ ਵਾਰ ਆਫ ਇੰਡੀਪੈਂਡੈਂਸ ਹੀ ਕਹਿ ਸਕਦੇ ਆ ਜਾ ਕੇ 1857 ਵਿੱਚ ਕੀ ਸੀਗਾ ਕਿ ਸਾਡਾ ਮੁਤਵੰਨਾ ਨਹੀਂ ਬਣਾਉਂਦੇ ਜਾ ਕੇ ਜੀ ਸਾਡੀਆਂ ਜ਼ਗੀਰਾਂ ਨਹੀਂ ਬਹਾਲ ਕਰਦੇ ਇਸ ਕਰਕੇ ਉਹਦੇ ਜੰਗ ਸ਼ੁਰੂ ਹੋ ਗਏ ਹੁਣ ਉਹ 1857 ਨੂੰ ਜਿਹੜਾ ਹੈਗਾ ਉਹਨੂੰ ਵਾਰ ਆਫ ਇੰਡੀਪੈਂਡੈਂਸ ਦੇ ਤੌਰ ਤੇ ਪੇਸ਼ ਕੀਤਾ ਜਾ ਰਿਹਾ ਹੈ ਪੇ ਪਈ ਇਹ ਤਾਂ ਵਾਰ ਆਫ ਇੰਡੀਪੈਂਡੈਂਸ ਵੀ ਗੀ ਜਾ ਕੇ ਔਰ ਇਹ ਜਾ ਕੇ ਮੰਗਲਪਾਡੇ ਦਾ ਹੋਰ ਫਲਾਨਾ ਜੇ ਉਹ ਕਰ ਦਿੱਤਾ ਹੁਣ ਜੇ ਵਾਰ ਆਫ ਇੰਡੀਪੈਂਡੈਂਸ ਵਿੱਚ ਸਹਨ ਸਾਹਿਬ ਦੇਖਿਆ ਜਾਵੇ ਉਹਦੇ ਵਿੱਚ ਉਹਦੇ ਵਿੱਚ ਸਭ ਤੋਂ ਵੱਧ ਤਾਂ ਬਹਾਦਰ ਸ਼ਾਹ ਜ਼ਫਰ ਨੇ ਸਫਰ ਕੀਤਾ ਬਹਾਦਰ ਸ਼ਾਹ ਜ਼ਫਰ ਦਾ ਰਾਜ ਖੋਇਆ ਉਹ ਨਹੀਂ ਕਿਉਂਕਿ ਲਾਸਟ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਦੇ ਨਿਆਣੇ ਮਾਰੇ ਬਾਅਦ ਬਹਾਦਰ ਸ਼ਾਹ ਜ਼ਫਰ ਨੂੰ ਬਰਮਾ ਚ ਕੈਦ ਕੀਤਾ ਜਾ ਕੇ ਔਰ ਉਹ ਤੋਂ 1857 ਤੋਂ ਬਾਅਦ ਅੰਗਰੇਜ਼ਾਂ ਨੇ ਫਿਰ ਮੁਸਲਮਾਨਾਂ ਤੇ ਜ਼ੁਲਮ ਜਿਆਦਾ ਕੀਤਾ ਕਿਉਂਕਿ ਉਹ ਸਮੇਂ ਦੇ ਵਿੱਚ ਇੰਨਾ ਦਾ ਰੋਲ ਜਿਆਦਾ ਹੈ ਹੈਟਾਰ ਉਸ ਤੋਂ ਤਬਜਾ ਦੇ ਇਹ ਮੁੜ ਕੇ ਸਲਾਮ ਅਕਰਾਜ ਲੈ ਆਉਣਾ ਚਾਹਦੇ ਸੀਗੇ 1857 ਦੇ ਵਿੱਚ ਫਿਰ ਅੰਗਰੇਜ਼ਾਂ ਦਾ ਜਿੱਦਾਂ ਕਹ ਲਓ ਉਹ ਤੋਂ ਬਾਅਦ ਫਿਰ ਮੇਰੇ ਖਿਆਲ ਜਿੱਤ ਨਹੀਂ ਕੋਈ ਵੀ ਕੀਤੀ ਹੋਣੀ ਜਾ ਕੇ ਅੱਛਾ 1857 ਕੀ ਹੋਇਆ 1857 ਤੱਕ ਸਿਰਫ ਈਸਟ ਇੰਡੀਆ ਕੰਪਨੀ ਲੜਦੀ ਰਹੀ ਪਰ 1857 ਦੇ ਵਿੱਚ ਉਹ ਨਹੀਂ ਇੰਗਲੈਂਡ ਦੀ ਗਵਰਨਮੈਂਟ ਨੇ ਕਿ ਨਹੀਂ ਬਈ ਈਸਟ ਇੰਡੀਆ ਕੰਪਨੀ ਬੰਦ ਸਿੱਧਾ ਰਾਜ ਰਾਣੀ ਦਾ ਰਾਣੀ ਸੀ ਸ਼ਾਇਦ ਮੇਰੇ ਖਿਆਲੋਂ ਪਰ ਉਸ ਵੇਲੇ ਸਿੱਧਾ ਮਲਕਾ ਵਿਕਟੋਰੀਆ ਦੇ ਰਾਜ ਦੇ ਇਹਨਾਂ ਕਰ ਲਿਆ ਕਰ ਲਿਆ ਗਿਆ ਜੀ ਸੁੱਖਾ ਚਲਾਉ ਤੁਹਾਨੂੰ ਉਹਨੇ ਆਪਣਾ ਆਪਣਾ ਲਾ ਰਿਆ ਅੰਗਰੇਜ਼ਾਂ ਦਾ ਰਾਜ 1857 ਦੇ ਵਿੱਚ ਆ ਗਿਆ ਜਾ ਕੇ ਸੋ 1857 ਤੋਂ ਫਿਰ ਅੱਗੇ ਆਉਂਦੇ ਗਏ ਜੀ ਅਗੇ ਜਿਵੇਂ ਆਉਂਦੇ ਗਏ ਫਿਰ ਵਿੱਚ ਲੜਦੇ ਗਏ ਸਮ ਹੁਣ ਹੋਣਾ ਪਤਾ ਕੀ ਹੈ ਜਿਹੜੀਆਂ ਲੜਾਈਆਂ ਇਧਰ ਖੱਟਕ ਆ ਰਹੇ ਨੇ ਪਾਕਿਸਤਾਨ ਦੇ ਇਲਾਕਿਆਂ ਦੇ ਵਿੱਚ ਲੜੀਆਂ ਉਹਨਾਂ ਦਾ ਜ਼ਿਕਰ ਤਾਂ ਕੋਈ ਕਰਦਾ ਨਹੀਂ ਹੈ ਜਾ ਕੇ ਉਹ ਤਾਂ ਕਹਿੰਦੇ ਨਹੀਂ ਜੀ ਆਪਣੇ ਜਿਹੜੀਆਂ ਹੈਗੀਆਂ ਐਸ ਪਾਸੇ ਹਿੰਦੂਸਤਾਨ ਦੇ ਵਿੱਚ ਹੁਣ ਇੱਕ ਖਾਸ ਮਸਜਬ ਦੇ ਬੰਦਿਆਂ ਨੇ ਲੜਾਈਆਂ ਲੜੀਆਂ ਬਾਕੀ ਤਾਂ ਐਵੇਂ ਸੀਗੀ ਜਾ ਕੇ ਠੀਕ ਹੁਣ 1885 ਦੇ ਵਿੱਚ ਜਿਹੜੀ ਅਬ ਪਾਕਿਸਤਾਨ ਦੀ ਹੋਣ ਦੀ ਗੱਲ ਕਰਦੇ ਸੀ ਕਿ ਪਾਕਿਸਤਾਨ ਦੇ ਵਿੱਚ ਵੀ ਜਿਹੜਾ ਹੁਣ ਖਿੱਤਾ ਪਾਕਿਸਤਾਨ ਦੇ ਵਿੱਚ ਹੈ ਇੱਥੇ ਵੀ ਆਜ਼ਾਦੀ ਦੇ ਲਈ ਲੜਾਈ ਹੁੰਦੀ ਰਹੀ ਤੇ ਲੋਕ ਮਰਦੇ ਰਹੇ। ਬਹੁਤ ਮਰਦੇ। ਥਿੰਨ ਸਾਹਿਬ ਇੱਕ ਮੈਂ ਅੱਗੇ ਗੱਲ ਤੋਰਨ ਤੋਂ ਪਹਿਲਾਂ ਇਹ ਦੱਸ ਦਮੈਂ ਅੱਜ ਦਾ ਜਿਹੜਾ ਮੇਰਾ ਪ੍ਰੋਗਰਾਮ ਹੈ ਇਹ ਕਈ ਜਿਹੜੇ ਜਨੂਨੀਆਂ ਨੂੰ ਪਸੰਦ ਨਹੀਂ ਆਉਣਾ ਹੈ ਜਾ ਕੇ। ਕੋਈ ਗੱਲ ਨਹੀਂ ਤੁਸੀਂ ਉਹ ਚਾਹੇ ਉਹ ਕਿਸੇ ਕਿਸਮ ਦੇ ਵੀ ਜਨੂਨੀਆਂ ਚਾਹੇ ਉਹ ਦੇਸ਼ ਦੇ ਜਨੂਨੀਆਂ ਚਾਹੇ ਉਹ ਧਰਮ ਦੇ ਜਨੂਨੀਆਂ ਪਰ ਮੈਂ ਥਿੰਨ ਸਾਹਿਬ ਇੱਕ ਗੱਲ ਕਲੀਅਰ ਕਰ ਦਵਾ ਸਾਰੇ ਸੁਣਨ ਵਾਲੇ ਨੂੰ ਕਿ ਮੈਨੂੰ ਜਿਹੜੀ ਲਾਈਫ ਦੇ ਵਿੱਚ ਗਾਈਡ ਕਰ ਰਹੀ ਆ ਮੈਨੂੰ ਇੱਕੋ ਹੀ ਚੀਜ਼ ਕਰ ਰਹੀ ਆ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਬੋ। ਦੇਹਰਾਮ ਸੀਤ ਸੋਈ ਪੂਜਾ ਔਰ ਨਮਾਜ਼ ਸੋਈ ਮਾਨਸਬੇ ਇੱਕ ਪੈ ਇੱਕੋ ਹੀ ਪਰਮਾਉ ਹੈ ਦੇਹਰਾਮ ਦੇਹਰਾਮ ਦਾ ਮੰਦਿਰ ਦੇਹਰਾਮ ਸੀਤ ਸੋਈ ਪੂਜਾ ਔਰ ਨਮਾਜ਼ ਸੋਈ ਮਾਨਸਬੇ ਇੱਕ ਇੱਕੋ ਹੀ ਚੀਜ਼ ਹੈ ਸਾਰੀ ਇਨਸਾਨੀयत ਇੱਕ ਹੈ ਔਰ ਇੱਕ ਉਹਦੇ ਵਿੱਚ ਜਿਹੜਾ ਚੱਲਦਾ ਇਹ ਜਿਹੜਾ ਇਦਾਂ ਕਰਦੇ ਜਨੂਨੀ ਕਿਸੇ ਵੀ ਧਰਮ ਦਾ ਜਨੂਨੀ ਹੋਵੇ ਕਿਸੇ ਵੀ ਚੀਜ਼ ਦਾ ਜਨੂਨੀ ਹੋਵੇ ਮੈਂ ਆਈ ਡੋਟ ਅਪਰੂਵ ਇਟ ਐਨੀਵੇ ਤੁਸੀਂ ਇਹ ਦੱਸ ਰਹੇ ਸੀ ਕਿ ਇਸ ਜਿਹੜੀ ਆਜ਼ਾਦੀ ਹੈ 15 ਅਗਸਤ ਵਾਲੀ ਹੈ 14 ਅਗਸਤ ਵਾਲੀ ਇਸ ਆਜ਼ਾਦੀ ਦੇ ਵਿੱਚੋਂ ਸਿਰਫ ਇਹੀ ਨਹੀਂ ਕਿ ਆ ਆਜ਼ਾਦੀ ਮਿਲੀ ਹਿੰਦੁਸਤਾਨ ਨੂੰ ਯਾ ਭਾਰਤ ਨੂੰ ਸਗੋਂ ਪਾਕਿਸਤਾਨ ਦਾ ਵੀ ਜਨਮ ਹੋ ਗਿਆ ਪਾਕਿਸਤਾਨ ਦਾ ਜਨਮ ਹੋਇਆ ਉਹਦੇ ਵਿੱਚ ਉਹਦੇ ਜਿੱਥੇ ਸਭ ਇਦਾਂ ਸੀਗੀ ਦੇਖੋ ਜਿਸ ਵੇਲੇ ਹੌਲੀ ਹੌਲੀ ਇਹ ਚੱਲਦਾ ਗਿਆ ਨਾ ਕੰਮ ਜਿਹਨੂੰ ਤੁਸੀਂ ਡਿਵਾਈਡ ਰੂਲ ਆਪਾਂ ਕਹਿੰਦੇ ਆ ਉਹ ਪਰ ਉਹ ਚਾਹੇ ਕੋ ਕਰਦੇ ਸੀ ਕੁਝ ਸਿਆਸਤਾਂ ਇਦਾਂ ਵੀ ਸੀਗੇ ਜਿਹੜੇ ਸੀਗੇ ਆਪਣੇ ਜਾਤੀ ਮਫਾਦ ਵੀ ਸੀਗੇ ਉਹਦੇ ਵਿੱਚ ਪਹਿਲਾਂ ਤਾਂ 올 ਇੰਡੀਆ ਮੁਸਲਮਾਨ ਲੀਗ ਬਣ ਗਈ 1906 ਦੇ ਵਿੱਚ ਟਾਕੇ ਉਹ ਦੀ ਫਾਰਮੇਸ਼ਨ ਹੋ ਗਈ ਜਾ ਕੇ ਉਹਨੇ ਆਪਣੀ ਸੈਪਰੇਟ ਮੰਡਲੀ ਇਹ ਜਿਹੜੀ ਕਾਂਗਰਸ ਜਿਹੜੀ ਸੀ 85 ਵਿੱਚ ਬਣੀ ਆ ਇਹ ਬਣਾਈ ਤਾਂ ਕਾਂਗਰਸ ਨੇ ਸੀ ਬੈਠੀ ਨੂੰ ਪਰ ਹੌਲੀ 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 ਬਣੀ ਤਾਂ ਇਸ ਗੱਲ ਕਰਕੇ ਸੀ ਵੀ ਗਵਰਨਮੈਂਟ ਨੂੰ ਸਲਾਹ ਦੇਣੀ ਆ ਵੀ ਕਿਦਾਂ ਦੇਸ਼ ਨੂੰ ਚਲਾਉਣ ਦੇ ਦੇ ਪਰ ਹੌਲੀ ਹੌਲੀ ਇਹ ਨੈਸ਼ਨਲ ਮੂਵਮੈਂਟ ਦਾ ਇਨੀ ਫੇ ਆਪਣੀ ਸ਼ੁਰੂ ਕਰ ਲਈ ਜਾ ਇਹ ਫੇ ਅੱਗੇ ਚੱਲਦੀ ਆਈ ਹੈ ਜੀ ਇਹ ਚੱਲਦੀ ਗਈ ਪਹਿਲਾਂ ਤਾਂ ਬਾਲ ਕੰਗਰਸ ਦਾ ਤਿਲਕ ਹੋਏ ਦੋ ਤਿੰਨ ਬਾਲ ਤਿਲਕ ਹੋਏ ਚੱਲਦੇ ਫੇ ਮਹਾਤਮਾ ਗਾਂਧੀ ਦੀ ਐਂਟਰੀ ਹੋ ਗਈ ਵਿੱਚ ਜਾ ਕੇ ਇਹਦੇ ਨਾਲੇ ਨਾਲ ਦੂਜੀਆਂ ਮੂਵਮੈਂਟਾਂ ਚਲਦੀਆਂ ਗਈਆਂ ਜਿਹੜੇ ਵਾਇਲੈਂਸ ਦੇ ਵਿੱਚ ਯਕੀਨ ਰੱਖਦੇ ਸੀ ਪਿੰਨੇ ਵੀ ਜ਼ੋਰ ਦੇ ਨਾਲ ਜਾਂਦੀ ਜ਼ੋਰ ਨਾਲ ਲੈਣੀ ਹੈ ਇਦਾਂ ਇਦਾਂ ਆਜ਼ਾਦੀ ਨਹੀਂ ਲੈਣੀ ਹੈਗੀ ਫਿਰ ਉਹਨਾਂ ਦੇ ਉੱਤੇ ਅਸਰ ਪੈਣਾ ਸ਼ੁਰੂ ਹੋ ਗਿਆ ਹੋ ਗਿਆ ਕਿਉਂਕਿ 1917 ਵਿੱਚ ਜੋ ਰਸ਼ੀਆ ਦੇ ਵਿੱਚ ਇਨਕਲਾਬ ਆ ਗਿਆ ਉਹ ਇਨਕਲਾਬ ਅਸਰ ਪਾਉਣ ਲੱਗ ਪਿਆ ਉਹ ਮੂਵਮੈਂਟਾਂ ਵੀ ਨਾਲੇ ਚਲਦੀਆਂ ਗਈਆਂ ਉਹਨਾਂ ਮੂਵਮੈਂਟਾਂ ਵਿੱਚ ਸਾਰੇ ਸੀਗੇ ਇੱਕ ਇਦਾਂ ਨਹੀਂ ਸੀ ਇਹ ਬ ਇਕੱਲੇ ਹਿੰਦੂ ਸੀਗੇ ਜਦੋਂ тен સાબ દેખો હિન્દુઇઝમ ને વેસે દુનિયા ਨੂੰ ਬਹੁਤ ਕੁਝ ਦਿੱਤਾ ਠੀਕ ਹੈ ਨਾ હિન્દુઇઝમ ਨੇ ਬਹੁਤ ਕੁਝ ਦਿੱਤਾ હિન્દુઇઝમ હિન્દુઇઝਮ ਸਹੀ ਮੈਨੇ ਵਿੱਚ ਬਣਾ ਦਿਓ ਕੋ ਜੁਦੀ ਗਾਲੇ ਜਨੂਨੀ ਧਰਮ ਹੈ ਨਹੀਂ ਜਾ ਕੇ ਚਲੋ ਇਹ ਤੇ ਫੇ ਕਿਤੇ ਗੱਲ ਕਰਾਂਗੇ ਜਾ ਕੇ আচ্ছা ਉਹ ਤੋਂ ਬਾਅਦ ਜਾ ਕੇ ਫਿਰ ਕਾਂਗਰਸ ਨੇ ਜਾ ਕੇ ਜਿਸ ਵੇ ਗਾਂਧੀ ਦੀ ਮਾਤੋਂ ਦੀ ਇੰਟਰਵਿਊ ਉਹ ਤੋਂ ਬਾਅਦ ਕਾਂਗਰਸ ਨੇ 1900 ਕਈ ਮੂਵਮੈਂਟਾਂ ਚੱਲੀਆਂ ਉਹ ਆਪਾਂ ਕੀਤਾ ਸੀ ਜਾਂ ਫੇ ਕਿਤੇ ਕਰਾਂਗੇ 1929 ਵਿੱਚ ਉਹ ਨਹੀਂ ਪੂਰਨ ਸਵਰਾਜ ਦਾ ਨਾਰਾ ਦਿੱਤਾ ਹੂੰ 1929 ਵਿੱਚ ਜਿਹੜਾ ਲਾਹੌਰ ਸੈਸ਼ਨ ਹੋਇਆ ਜਿਹਦੀ ਪ੍ਰਧਾਨਗੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਕੀਤੀ ਹੂੰ ਉਹਦੇ ਵਿੱਚ ਉਹਨੇ ਪੂਰਨ ਸਵਰਾਪੇ ਹੁਣ ਸਾਡੇ ਇਹ ਨਹੀਂ ਹੈ ਵੀ ਸਾਨੂੰ ਇੰਨੇ ਅਧਿਕਾਰ ਦਿਓ ਜਾਂ ਅਧਿਕਾਰਾਂ ਦੀ ਗੱਲ ਨਹੀਂ ਹੈ ਭਗਤ ਸਿੰਘ ਨੇ ਤਾਂ ਪਹਿਲਾਂ ਵੀ ਇਹੀ ਕਹਿੰਦੇ ਸੀ ਅਹ ਦੇਖੋ ਪਾਕਸੋਨੀਆਂ ਟਾਇਰਲੀ ਇੱਕ ਡਿਫਰੈਂਟ ਕਨਸੈਪਟ ਸੀ ਉਹਨਾਂ ਦਾ ਨਹੀਂ ਨਹੀਂ ਉਹ ਮੁਕੰਮਲ ਆਜ਼ਾਦੀ ਦੀ ਗੱਲ ਕਰਦੇ ਸੀ ਹਾਂ ਹਾਂ ਮੁਕੰਮਲ ਆਜ਼ਾਦੀ ਦੀ ਗੱਲ ਉਹਨਾਂ ਨੇ ਮੁਕੰਮਲ ਆਜ਼ਾਦੀ ਦੀ ਗੱਲ ਉਦੋਂ ਕੀਤੀ 1929 ਵਿੱਚ ਕੀਤੀ ਜਾ ਕੇ ਪਾਕਸੋਨੀਆਂ ਦਾ ਤਾਂ ਆਜ਼ਾਦੀ ਦਾ ਕਨਸੈਪਟ ਏ ਹੋਰ ਹੋਰ ਕਿਸਮ ਦਾ ਸੀ ਉਹ ਤੇ ਫੇਕ ਕਰਾਂਗੇ ਕਿਤੇ 1929 ਵਿੱਚ ਕਾਂਗਰਸ ਨੇ ਦੇ ਦਿੱਤੀ 1940 ਦੇ ਵਿੱਚ ਮੁਸਲਮਾਨ ਲੀਗ ਨੇ 1940 ਵਿੱਚ ਪਾਕਿਸਤਾਨ ਦੀ ਮੰਗ ਕਰ ਦਿੱਤੀ Haan, पेहना, पेहना एक, आ, हौली, हौली, हौली अच्छा हां पहला पहला वो एक अपनी राहत अली डॉक्टर अलमा اقبال डॉक्टर अलमा اقبال ਵੀ ਹੌਲੀ 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 ਪਿੱਦਨੂ ਅਗੇ ਪਹਿਲਾਂ ਤੋਂ ਨਹੀਂ ਲਿਖਿਆ ਸਾਰੇ ਜਹਾਂ세 ਅੱਛਾ ਹਿੰਦੁਸਤਾਨ ਹਮਾਰਾ ਮਜ਼ਹਬ ਨਹੀਂ ਸਗਾਤਾ ਆਪਸ ਵਿੱਚ ਪੈ ਰਖ ਪਰ ਹੌਲੀ ਹੌਲੀ ਉਹਨਾਂ ਨੂੰ ਇਦਾਂ ਲੱਗਣ ਲੱਗ ਪਿਆ ਭਈ ਜੇ ਇੱਥੇ ਇੰਦੇ ਆਜ਼ਾਦ ਹੋ ਗਿਆ ਤਾਂ ਉਹਦੇ ਵਿੱਚ ਮੁਸਲਮਾਨਾਂ ਨੂੰ ਫੇਅਰ ਟ੍ਰੀਟਮੈਂਟ ਨਹੀਂ ਮਿਲਣਾ ਕਿਉਂਕਿ ਸੋਸਾਇਟੀ ਬਣ ਕਿਉਂਕਿ ਹਿੰਦੂ ਮжоਰਿਟੀ ਸੀ ਉਹ ਹਿੰਦੂ ਮੁਸਲਮਾਨ ਦੇ ਹਿਸਾਬ ਨਾਲ ਮੂਵਮੈਂਟ ਚੱਲਣ ਲੱਗ ਪਈ ਹੂੰ तो वो ज हूँ मुहमद अली जनाह जो ये समझते भी जी कांग्रेस है हिंदुआ दी की जमात है हालांकि कांग्रेस ने कितने भी यह डिकले नहीं किया पैसी किसी धर्म की जमात है एनी anyway, वे करते करते जाके इतने जाके जैसे उन्नीस सौ उनताली जंग छिड़ गई जंग छिड़न के बाद एक पास सुभाष चंद्र बोस ने समझा पी आज़ादी इन्हों रल के लिए जा सकती अपने हिटलर उन्होंने उधर चले गए उन्हें आजाद हिंद फौज बना ले चलता गया काम जाके अच्छा हम एक खास गल दसदा जाके ਜਿੰਨੀ ਦਲਤ ਵਰਗ ਦੀ ਗਿਣਤੀ ਸੀ ਉਹਦੇ ਮੁਤਾਬਕ ਦਲਤ ਵਰਗ ਨੇ ਨਹੀਂ ਬਹੁਤਾ ਹਿੱਸਾ ਲਿਆ ਜਾ ਕੇ ਇਸ ਨੈਸ਼ਨਲ ਮੂਵਮੈਂਟ ਦੇ ਵਿੱਚ ਉਹਨਾਂ ਦੇ ਬਹੁਤ ਘੱਟ ਬੰਦੇ ਫਾਂਸੀਆਂ ਤੇ ਲੱਗੇ ਆ ਬਹੁਤ ਘੱਟ ਬੰਦੇ ਜੇਲਾਂ ਚ ਗਏ ਆ ਬਹੁਤ ਘੱਟ ਬੰਦੇ ਨੂੰ ਉਮਰ ਕੈਦਾਂ ਹੋਈਆਂ ਹੁਣ ਇਹ ਕਿਉਂ ਹੋਇਆ ਇਹਦਾ ਕਿਉਂ ਹੋਇਆ ਵੀ ਜਿਹੜਾ ਦਲਤ ਵਰਗ ਸੀ ਉਹਨਾਂ ਨੂੰ ਅੰਗਰੇਜ਼ ਨਹੀਂ ਨਾ ਦੁਖੀ ਕਰਦਾ ਜਿੰਨਾ ਉਹਨਾਂ ਨੂੰ ਸਵਰਨ ਜਾਤੀਆਂ ਦੁਖੀ ਕਰਦੀਆਂ ਸੀ ਉਹਨਾਂ ਦੀ ਜਿਹੜੀ ਪ੍ਰੋਬਲਮ ਸੀ ਉਹਨਾਂ ਦੀ ਪ੍ਰੋਬਲਮ ਹੀ ਅੰਗਰੇਜ਼ ਨਹੀਂ ਹੈ ਉਹਨਾਂ ਦੀ ਪ੍ਰੋਬਲਮ ਤਾਂ ਇਹ ਸੀ ਵੀ ਜਿਹੜਾ ਪਿੰਡ ਵਿੱਚ ਉਹਨਾਂ ਨੂੰ ਅਨਟੇਜਿਬਲ ਸਮਝਦਾ ਸੀ ਉਹਨਾਂ ਦੀ ਪ੍ਰੋਬਲਮ ਤਾਂ ਤਿੰਨ ਸਭ ਇਹ ਸੀ ਕਿ ਕੁੱਤਾ ਭਾਂਡੇ ਦੇ ਵਿੱਚ ਰੋਟੀ ਖਾ ਜਾਂਦਾ ਸੀ ਤਾਂ ਉਹਨੂੰ ਮਾੜ ਕੇ ਵਰਤ ਲੈਂਦੇ ਹੁੰਦੇ ਸੀ ਜੇ ਕੋਈ ਦਲਤ ਹੱਥ ਲਾ ਲੈਂਦਾ ਸੀ ਤਾਂ ਉਹਨੂੰ ਅੱਗ ਵਿੱਚ ਪਾਉਂਦੇ ਸੀ ਉਹਨੂੰ ਅੱਗ ਵਿੱਚ ਪਾ ਗੰਗਾ ਨਾ ਹੋ ਜਾ ਕੇ ਜਾ ਕੇ ਉਹਨਾਂ ਦੇ ਨਾਲ ਇੰਨਾ ਦੁਰਭਿਆਰ ਹੁੰਦਾ ਸੀ ਉਹਨਾਂ ਨੂੰ ਕੋਈ ਅੰਗਰੇਜ਼ ਦੀ ਸੁਭਸਿਆ ਹੁੰਦੀ ਸੀ ਇਹ ਵੀ ਅੰਗਰੇਜ਼ ਉਹਨਾਂ ਨੂੰ ਦੁਖੀ ਕਰਦਾ ਸੀ ਉਹਨਾਂ ਤੋਂ ਸਵਰਨ ਜਾਤੀਆਂ ਦੁਖੀ ਕਰਦੀਆਂ ਸੀਗੀਆਂ ਇਸ ਕਰਕੇ ਉਹ ਉਹਨਾਂ ਦਾ ਬਹੁਤ ਘੱਟ ਰੋਲ ਹੈ ਇਹਦੇ ਵਿੱਚ ਇਸ ਕਰਕੇ ਇਸੇ ਕਰਕੇ ਘੱਟ ਰੋਲ ਹੈ ਤਨਸਾ ਦੂਜਾ ਮੈਂ ਫੇਰ ਥੋੜਾ ਪਿੱਛੇ ਚੱਲ ਜਮਾ ਹੁਣ ਅਸਲਾਮ ਦੇ ਫੈਲਣ ਦਾ ਇੱਕ ਬੜਾ ਕਾਰਨ ਇਹ ਵੀ ਹੈ ਜਾ ਕੇ ਕੀ ਇਹ ਬੜਾ ਕਾਰਨ ਇਹ ਹੈ ਪੰਜਾਬ ਇਹ ਜਿਹੜਾ ਦਲਿਤ ਵਰਗ ਸੀਗਾ ਇਸ ਦਲਿਤ ਵਰਗ ਦੇ ਤਾਂ ਇੰਨਾ ਜ਼ੁਲਮ ਹੁੰਦਾ ਸੀ ਇੰਨਾ ਜ਼ੁਲਮ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਜਾ ਕੇ ਜਾ ਕੇ ਤੁਸੀਂ ਸੁਣੀਆਂ ਗੱਲਾਂ ਜਾ ਕੇ ਜਿਸ ਵੇਲੇ ਅਸਲਾਮ ਆਇਆ ਅਸਲਾਮ ਨੇ ਆਉਂਦਿਆਂ ਨੂੰ ਕਿਹਾ ਪਿਆਓ ਸਾਰੇ ਬਰਾਬਰ ਆਵੇ ਆਜੋ ਸਾਰੇ ਇੱਕੋ ਹੀ ਵਸੀਤ ਬਜ ਨਵਾਜ ਪੜਦੇ ਆ ਇੱਕੋ ਹੀ ਛਾਬੇ ਚ ਰੋਟੀ ਖਾਂਦੇ ਆ ਇੱਕੋ ਹੀ ਬੈਠ ਕੇ ਹੁੱਕਾ ਪੀਂਦੇ ਆ ਹੈ ਹੀ ਨਹੀਂ ਫਰਕ ਉਹ ਜਾਤ ਪਾਤ ਵਾਲੀ ਗੱਲੇ ਹੀ ਨਹੀਂ ਉਹ ਵਰਗ ਜਿਹੜਾ ਫੇ ਕਾਫੀ ਗਣਤੀ ਵਿੱਚ ਉਧਰ ਨੂੰ ਚਲੇ ਗਿਆ ਜਾ ਕੇ ਅੱਛਾ ਉਹ ਉਸ ਵਾਰਿਕ ਨੂੰ ਕਾਫੀ ਗਣਤੀ ਵਿੱਚ ਅਸਰਾਮ ਨੂੰ ਹੀ ਤਾਨਕਾ ਕਿ ਉਹ ਬਰਾਬਰ ਦਾ ਦਰਜਾ ਦਿੰਦਾ ਸੀ ਨਾ ਪਰ ਸੈਕਟਰ ਵੀ ਇਸ ਤਰ੍ਹਾਂ ਕਰਦਾ ਸੀ ਇੱਧਰ ਨਹੀਂ ਆਏ ਸਿੱਖ ਸਿੰਘ ਸਾਹਿਬ ਦੇ ਕੋ ਇੱਕ ਮੈਂ ਤੁਹਾਨੂੰ ਗੱਲ ਦੱਸਾਂ ਜਾ ਕੇ ਸਿੱਖ ਧਰਮ ਦੇ ਵਿੱਚ ਵੀ ਪ੍ਰੈਕਟੀਕਲੀ ਕੀ ਹੁੰਦਾ ਸੀ ਉਹ ਸੈਪਰੇਟ ਚੀਜ਼ ਆ ਹੁਣ ਹੋਂਤੇ ਕਿ ਪ੍ਰੈਕਟੀਕਲੀ ਕੀ ਹੁੰਦਾ ਸੀ ਜਾ ਕੇ ਇਹ ਠੀਕ ਹੈ ਵੀ ਗੁਰਦੁਆਰਿਆਂ ਦੇ ਅੰਦਰ ਤਾਂ ਲੰਗਰ ਸੰਝਾ ਹੁੰਦਾ ਸੀਗਾ ਜਾ ਕੇ ਪਰ ਜੇ ਤੁਸੀਂ ਕਹੋ ਪੇ ਉਹ ਤਾਂ ਬਾਹਰ ਬਾਹਰ ਨਹੀਂ ਹੁੰਦਾ ਹੈ ਜਾ ਕੇ ਸਿੱਖ ਜਾਏ ਦਸਾਂ ਗੁਰੂਆਂ ਨੇ અત્યੰਤ ਦਾ ਜ਼ੋਰ ਲਾਇਆ ਪੇ ਜਾਤ ਪਾਤ ਨਿਕਲ ਜਾਵੇ ਜਾਤ ਪਾਤ ਨਿਕਲ ਜਾਵੇ ਪਰ ਉਹ ਨਿਕਲ ਨਹੀਂ ਸਕੇ ਅੱਛਾ ਇੱਕ ਮੈਂ ਹੋਰ ਤੁਹਾਨੂੰ ਦੱਸ ਦਿੰਦਾ ਸਾਰੀ ਦੁਨੀਆ ਦੇ ਵਿੱਚ ਇਸਲਾਮ ਦੇ ਵਿੱਚ ਕਿਤੇ ਜਾਤ ਪਾਤ ਹੈ ਨਹੀਂ ਪਾਕਿਸਤਾਨ ਚ ਅਜੇ ਵੀ ਹੈਗੀ ਅਤੇ ਹਾਂ ਅਜੇ ਵੀ ਹੈਗੇ ਉੱਤੇ ਕਮੀ-ਕਮੀ ਨੂੰ ਉਹਨਾਂ ਨੂੰ ਕਹਿੰਦੇ ਆ ਉਹਨਾਂ ਨੂੰ ਕਹਿੰਦੇ ਆ ਦਾਈ ਚੀਤ ਸਾਰਿਆਂ ਨੂੰ ਕਹਿੰਦੇ ਆ ਕਿਉਂਕਿ ਉਹ ਹਿੰਦੂイズਮ ਦਾ ਸਾਰਿਆਂ ਜੇ ਵੀ ਉਹ ਵੀ ਹੌਲੀ 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 ਜਾਊਗਾ ਪਰ ਉਸ ਵੇਲੇ ਇਹ ਦਲਤ ਵਰਗ ਨੇ ਕਾਟ ਇਸਾ ਲਿਆ ਪਰ ਇਹਨਾਂ ਦਾ ਟਾਵਰਿੰਗ ਲੀਡਰ ਜਿਹੜੇ ਡਾਕਟਰ ਅੰਬੇਦਕਰ ਸੀ ਉਹਨਾਂ ਦਾ ਆਪਣਾ ਬਹੁਤ ਆਪਣੀ ਜਗ੍ਹਾ ਉਹਨਾਂ ਦਾ ਬਹੁਤ بڑا ਰੋਲ ਆ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਜਾ ਕੇ ਆਪਣੇ ਆਪਣੇ ਤਰੀਕੇ ਦੇ ਨਾਲ ਹੀ ਵਾਸ ਲਾ ਭਾਈ ਨੀ ਸੀ ਐਨੀਵੇ ਇਹ ਤਾਂ ਹੁੰਦੀ ਹੁੰਦੀ ਰਣ ਸਾਹਿਬ 1947 ਦੇ ਵਿੱਚ ਫਿਰ ਇਹ ਹੋ ਗਿਆ ਪੇਪੇ ਅੰਗਰੇਜ਼ਾਂ ਨੇ ਕਿਹਾ ਪੇ ਇਹ ਇਹ ਜਿਹੜਾ ਹੈ ਇਹ ਇਹ ਮੁਲਕੋਂ ਅਸੀਂ ਹੁਣ ਛੱਡ ਜਾਣਾ ਹਮ ਹਮ ਉਸ ਵੇਲੇ ਡਿਸਾਈਡ ਹੋਇਆ ਪੇ ਉੱਥੇ ਰੈਡ ਕਲਿਫ ਨੂੰ ਕਿਹਾ ਗਿਆ ਪੇ ਬਣਾ ਦੇ ਬਾਉਂਡਰੀ ਖਿੱਚ ਦੇ ਇਹ ਦੋ ਹਿੱਸੇ ਬਣ ਕੇ ਪਾਕਿਸਤਾਨ ਦੇ ਉਧਰੋਂ ਬੰਗਾਲ ਦੀ ਡਿਵੀਜ਼ਨ ਹੋ ਗਈ ਤੇ ਉਧਰੋਂ ਪੰਜਾਬ ਦੀ ਡਿਵੀਜ਼ਨ ਹੋ ਗਈ ਰਜਿਸਤਾਨ ਦੀ ਵੀ ਹਾਂ ਜੀ ਹਾਂ ਉਹ ਇਹ ਡਿਵੀਜ਼ਨ ਹੋ ਗਏ ਉਹਦੀ ਵੀ ਡਿਵੀਜ਼ਨ ਉਹ ਸਿੰਧ ਦਾ ਇਲਾਕਾ ਉਧਰ ਬਣ ਗਿਆ ਇਹ ਫਿਰ ਉਹ ਇਲਾਕਾ ਸਾਰਾ ਇਹ ਉਹ ਇਲਾਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਇਲਾਕਾ ਸੀਗਾ ਉਹ ਉਸ ਵੇਲੇ ਉਹ ਪਾਕਿਸਤਾਨ ਦੇ ਵਿੱਚ ਉਹ ਉਹ ਜਿਹੜਾ ਉਧਰ ਸੇ ਪਰਲੇ ਪਾਸੇ ਉਹਦੇ ਵਿੱਚ ਤਕਰੀਬਨ ਸਾਰਾ ਕਿਉਂਕਿ ਉਹਨਾਂ ਦੀ ਹੱਦ ਇੱਥੇ ਤੱਕ ਸੀਗੀ ਸਤਲੁਜ ਤੱਕ ਪਰ ਇਹ ਆ ਦੇ ਇਹ ਫਿਰ ਅਟਾਰੀ ਤੋਂ ਪਰੇ ਗਿਆ ਜਿਹੜੀ ਔਨਲਾਈਨ ਖਿੱਚ ਦੇ ਦਿੱਤੀ ਅੱਛਾ ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਣੀ ਚਾਹਣਾ ਇਸ ਸਾਰੇ ਸਿਲਸਲੇ ਦੇ ਵਿੱਚ ਇਹ ਗੱਲ ਸੱਚੀ ਹੈ ਕਿ ਪੰਡਤ ਜਵਾਲਾ ਨਹਿਰੂ ਅਤੇ ਮਿਸਟਰ ਜਨਾਹ ਦੇ ਵਿੱਚ ਆਪਸੀ ਟੈਨਸ਼ਨ ਸੀ ਜਿਹੜੀ ਜਦੋਂ ਕਹਿੰਦੇ ਉਹ ਮੋਹਨਦਾਸ ਕਰਮਚੰਦ ਗਾਂਧੀ ਨਾਲ ਦੋਨੇ ਗੱਲ ਕਰਦੇ ਸੀ ਦੋਨਾਂ ਦੇ ਮਨ ਦੇ ਵਿੱਚ ਇੱਛਾ ਸੀ ਕਿ ਅਸੀਂ ਆਜ਼ਾਦ ਭਾਰਤ ਦੇ ਪ੍ਰਾਈਮ ਮਿਨਿਸਟਰ ਬਣੀਏ ਪਰ ਉਹ ਮੋਹਨਦਾਸ ਕਰਮਚੰਦ ਗਾਂਧੀ ਨਹਿਰੂ ਨੂੰ ਪ੍ਰੈਮ ਮਿਨਿਸਟਰ ਵੀਖਣਾ ਚਾਹੁੰਦੇ ਸੀ ਤੇ ਉਸ ਦੀ ਨਰਾਜ਼ਗੀ ਸੀ ਜਿਹੜੀ ਮਿਸਟਰ ਜਨਾਹ ਦੀ ਉਸ ਨੇ ਪਾਕਿਸਤਾਨ ਨੂੰ ਜਨਮ ਦਿੱਤਾ ਨਹੀਂ ਥਿੰਸਬ ਇਦਾਂ ਰਸੀ ਹੈ ਅੱਛਾ ਮਹਾਤਮਾ ਗਾਂਧੀ ਨੇ ਤੇ ਇੱਕ ਵਾਰ ਜਨਾਹ ਨੂੰ ਆਫਰ ਕਰ ਦਿੱਤੀ ਸੀ ਇਸ ਗੱਲ ਦੀ ਕਿ ਸੰਜੇ ਇੰਡੀਆ ਦੇ ਪ੍ਰਾਈਮਰੀ ਤੁਸੀਂ ਹੋਵੋਗੇ ਉਹਨੇ ਐਕਸੈਪਟ ਨਹੀਂ ਕੀਤੀ ਉਹਨੇ ਉਹਨਾਂ ਨੂੰ ਇਸ ਗੱਲ ਦਾ ਪਤਾ ਸੀਗਾ ਕਿ ਇਹ ਇਹ ਜਿਹੜੀ ਪ੍ਰੈਕਟੀਕਲੀ ਪੋਸੀਬਲ ਨਹੀਂ ਹੋਣੀ ਹੈ ਜਾ ਕੇ ਕਿਉਂਕਿ ਮжоਰਿਟੀ ਤਾਂ ਫੇ ਉਹਨਾਂ ਦੀ ਹੋਣੀ ਹੈ ਜੇ ਮੈਨੂੰ ਇਹ ਬਣਾ ਵੀ ਦੋਗੇ 6 ਮਹੀਨਿਆਂ ਨੂੰ ਲਾ ਦੋਗੇ ਮੈਨੂੰ ਜਾ ਕੇ ਠੀਕ ਹੈ ਨਾ ਅਕਸਪਟਨਸ ਯੂਨੀ ਇਸ ਗਾਲ ਦੇ ਮਹਾਤਮਾ ਗਾਂਧੀ ਨੇ ਕਿਹਾ ਵੀ ਇਹ ਤੋੜੋ ਨਾ ਤੁਸੀਂ ਸਾਰੇ ਦੇ ਬਣ ਜਿਓ ਉਹ ਪਰ ਉਹਨਾਂ ਨੇ ਐਕਸੈਪਟੈਂਸ ਹੀ ਕੀਤੀ ਹੈ ਪਰ ਪੰਡਿਤ ਜੀ ਉਹਨਾਂ ਨਾਰਾਜ਼ ਹੋ ਗਏ ਸੀ ਵੀ ਤੁਸੀਂ ਕਿਉਂ ਆਫਰ ਕੀਤਾ ਇਹਨਾਂ ਨੂੰ ਮੈਂ ਨਹੀਂ ਪਤਾ ਨਹੀਂ ਹੋ ਸਕਦਾ ਕਿ ਦੇਖੋ ਸੰਤ ਸਾਹਿਬ ਸੱਤਾ ਦੀ ਬੋਖ ਤਾਂ ਸਾਰਿਆਂ ਜੀ ਹੁੰਦੀ ਹੈ ਅੱਛਾ ਫਿਰ ਕੀ ਹੋਇਆ ਅੱਛਾ ਉਹ 47 ਵਿੱਚ ਉੱਥੇ ਸੰਤ ਸਾਹਿਬ ਜਾ ਕੇ ਮੁਲਕ ਦੀ ਡਿਵੀਜ਼ਨ ਹੋ ਗਈ ਹੁਣ ਇਹ ਜਿਹੜੀ ਮੁਲਕ ਦੀ ਡਿਵੀਜ਼ਨ ਹੋਈ ਹੈ ਇਹ ਇੰਨੀ ਦੁਖਦਾਈ ਹੋਈ ਹੈ ਇੰਨੀ ਦੁਖਦਾਈ ਹੋਈ ਹੈ ਕਿ ਹਿੰਦੁਸਤਾਨ ਦੇ ਵਿੱਚ ਮੇਰਾ ਹਿੰਦੁਸਤਾਨ ਕੇ ਦੁਨੀਆ ਦੇ ਵਿੱਚ ਇਹ ਨਾ ਤਾਂ ਐਡੀ ਵੱਡੀ ਮਾਈਗ੍ਰੇਸ਼ਨ ਕਦੇ ਹੋਈ ਆ ਨਾ ਕਦੇ ਇੰਨੇ ਜਿਹੜੇ ਬੰਦੇ ਬੰਦੇ ਮਰੇ ਆ ਸਭ ਇੰਡੀਪੈਂਡੈਂਸ ਨੇ ਜਿੱਥੇ ਇੱਕ ਐਸਰਕਤੇ ਲੋਕਾਂ ਨੂੰ ਆਜ਼ਾਦੀ ਦਿੱਤੀ ਤਿੰਨ ਸਾਹਿਬ ਇੱਕ ਮੈਂ ਤੁਹਾਨੂੰ ਮੁਕਤਤਾ ਦਾ ਕਾਣ ਬਹੁਤ ਹੋਇਆ। ਤਿੰਨ ਸਾਹਿਬ ਇੱਕ ਮੈਂ ਤੁਹਾਨੂੰ ਆਜ਼ਾਦੀ ਦੀ ਵੀ ਗੱਲ ਜਿਹਦਾ ਮੈਂ ਪਹਿਲਾਂ ਕਹਿ ਚੁੱਕਾ ਪੀ ਜਿਹੜਾ ਗਰੀਬ ਬੰਦਾ ਹੁੰਦਾ ਉਹਦੇ ਲਈ ਤਾਂ ਚੇਂਜ ਆਫ ਗਵਰਨਮੈਂਟ ਹੀ ਹੁੰਦੀ ਆ। ਉਹਦੇ ਲਈ ਜਿਹੜੀ ਆਜ਼ਾਦੀ ਹੈਗੀ ਆ ਇੱਕ ਉੱਥੇ ਮੈਂ ਤੁਹਾਨੂੰ ਦੱਸਾਂ ਲੈਨਨ ਨੇ ਇੱਕ ਵਾਰ ਕਰਕੇ ਸੀ ਕਿ ਇਹਨਾਂ ਨੂੰ ਇਹ ਗੱਲ ਚੰਗੀ ਨਹੀਂ ਲੱਗਣੀ ਕਿਉਂਕਿ ਜਿਹੜੇ ਨਹੀਂ ਲੈਨਨ ਨੂੰ ਪਸੰਦ ਕਰਦੇ ਪਰ ਉਹਦੀ ਗੱਲ ਬੜੀ ਠੀਕ ਆ। ਉਹ ਕਹਿੰਦਾ no amount of political freedom will satisfy the hungry masses. no amount of political freedom ਵਿਲ ਸੈਟੀਸਫਾਈ ਦੀ ਹੰਗਰੀ ਮਹਿਸੂਸ ਭੁੱਖੇ ਬੰਦੇ ਨੂੰ ਸਿਆਸੀ ਆਜ਼ਾਦੀ ਜਿੰਨੀ ਮਰਜ਼ੀ ਦੇ ਦਿਓ ਉਹਦੀ ਤਸੱਲੀ ਨਹੀਂ ਹੋਣੀ ਹੈ ਉਹਦੀ ਤਸੱਲੀ ਉਹਦੇ ਹੋਣੀ ਜਦ ਉਹਨੂੰ ਰੋਟੀ ਮਿਲਣੀ ਹੈ ਜੇ ਰੋਟੀ ਮਿਲਣੀ ਹੈ ਸੋ ਆਜ਼ਾਦੀ ਕਈ ਬੰਦੇ ਇਹ ਸਮਝਦੇ ਆ ਜਾ ਕੇ ਫੇ ਜਿਹੜੀ ਆਜ਼ਾਦੀ ਤਾਂ ਸਹੀ ਹੈ ਆ ਪਰ ਦੋ ਦੋ ਦੁੱਖਾਂ ਦੇ ਇਹ ਤਾਂ ਆਜ਼ਾਦੀ ਮਿਲੇ ਲੋਕਾਂ ਨੂੰ ਰੋਟੀ ਮਿਲੇ ਲੋਕਾਂ ਨੂੰ ਕਪੜਾ ਮਿਲੇ ਲੋਕਾਂ ਨੂੰ ਹਾਨ ਮਿਲੇ ਉਹ ਹੋ ਸਕਦਾ ਹੈ ਆਜ਼ਾਦੀ ਇਹ ਹੈਗੀ ਆ ਪਰ ਹੁਣ ਇਹ ਆ ਹੁਣ ਅਸੀਂ ਇਹ ਕਹਿੰਦੇ ਆ ਪਰ 47 ਤੋਂ ਬਾਅਦ ਜੇ ਤੁਸੀਂ ਕਹੋ ਇੰਡੀਆ ਦੀ ਤਰੱਕੀ ਨਹੀਂ ਹੋਈ ਤਰੱਕੀ ਬਹੁਤ ਹੋਈ ਹੈ ਜੀ ਪੱਤ 47 ਤੋਂ ਬਾਅਦ ਜੇ ਤੁਸੀਂ ਕਹੋ ਇੰਗਲੈਂਡ ਦੀ ਤਰੱਕੀ ਨਹੀਂ ਹੋਈ ਤਾਂ ਇੰਗਲੈਂਡ ਦੀ ਤਰੱਕੀ ਵੀ ਬਹੁਤ ਹੋਈ ਹੈ ਹਮ ਹੁਣ ਜੇ ਤੁਸੀਂ ਕਹਿੰਦੇ ਜੀ ਵੀ ਇੰਗਲੈਂਡ ਟੂ ਡਿਪੈਂਡੈਂਸੀ ਹੈ ਹੈ ਜੀ ਉਹ ਜੇ ਤੁਸੀਂ ਕਹੋ ਵੀ ਇਹ ਲੁੱਟਦੇ ਮਾਲ ਦੇ ਨਾਲ ਹੀ ਉਹ ਤਰੱਕੀ ਕਰਦਾ ਸੀ ਉਸ ਵੇਲੇ ਉਹ ਤਰੱਕੀ ਦਾ ਹੁਣ ਹੋਈ ਹੈ ਕਿਉਂਕਿ ਨਵੀਂ ਇੰਡਸਟਰੀ ਆਉਣ ਨਾਲ ਪੇ ਤਰੱਕੀ ਹੋਣ ਲੱਪੇ ਸਾਰੇ ਮੁੱਲਕ ਜਿਹੜੇ ਹੈਗੇ ਇਹਦਾ ਵੀ ਤਰੱਕੀਆਂ ਹੋਈਆਂ ਜਾ ਕੇ ਕਹਿੰਦਾ 1947 ਦਾ ਜਿਹੜਾ ਹੈਗਾ ਇਹ ਮੈਨੂੰ ਜਿਹੜੀ ਮਾਈਗ੍ਰੇਸ਼ਨ ਦਾ ਨਾ ਜਿਹੜਾ ਉਦੋਂ ਹੱਲੇ ਗੁੱਲੇ ਜਾਂ ਇਧਰੋਂ ਲੋਕ ਆਏ ਗੱਡਿਆਂ ਤੇ ਇਦੋਂ ਰੇਲ ਗੱਡੀਆਂ 'ਚ ਗਏ ਆ ਗੱਡੀਆਂ ਦੀਆਂ ਗੱਡੀਆਂ ਵੱਡ ਸਟੀਆਂ ਲੋਦੋਂ ਐਸੀ ਨਫ਼ਰਤ ਫੈਲੀ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਕਿ ਮਨੁੱਖੀ ਇਨਸਾਨੀਅਤ ਦੀ ਗੱਲ ਕਰਦੇ ਹੋ ਬਰਾਬਰੀ ਦੀ ਗੱਲ ਕਰਦੇ ਹੋ ਮੇਰਾ ਖਿਆਲ ਹੈ ਲੋਕੋ ਕੁਝ ਮਹੀਨਿਆਂ ਲਈ ਤਾਂ ਭੁੱਲ ਹੀ ਗਏ ਸੀ ਕੇ ਦੂਜਾ ਵਿਅਕਤੀ ਵੀ ਇਨਸਾਨ ਆ ਜਿਹੜਾ ਦੂਜੇ ਧਰਮ ਦਾ ਉਦੋਂ ਤਾਂ ਮੈਂ ਸੁਣਿਆ ਜਿਹੜੀਆਂ ਮੈਂ ਫਿਲਮਾਂ ਦੇਖੀਆਂ ਨੇ ਜਾਂ ਮੈਂ ਕਿਤਾਬਾਂ ਪੜ੍ਹੀਆਂ ਨੇ ਉਹਦੇ ਵਿੱਚ ਤਾਂ ਮੇਰੇ ਖਿਆਲ ਆ ਬੜਾ ਨਰਦਈ ਤੇ ਬੇਤੀਰਾ ਸੀ ਭਾਰਤ ਦੇ ਲੋਕਾਂ ਦਾ ਵੀ ਤੇ ਜਿਹੜੇ ਪਾਕਿਸਤਾਨ ਦੇ ਬਿਲਕੁਲ ਜਿਉਂ ਜਨੂੰਨ ਚੜ ਗਿਆ ਸੀ ਜਨੂੰਨ ਜਾਂ ਪਰ ਫਿਰ ਤੁਹਾਨੂੰ ਮੈਂ ਦੱਸਦਾ ਜੀ ਮੈਨੂੰ ਉਹ ਯਾਰ ਮੈਂ ਉਹ 8 ਸਾਲ ਦਾ ਸੀ ਜੀ ਅੱਛਾ ਅੰਜ ਇਸ ਵੇਲੇ ਇਹ ਸਭ ਕੁਝ ਹੋਇਆ ਮੈਨੂੰ ਕਾਫੀ ਗੱਲਾਂ ਯਾਦ ਆ ਸਾਡੇ ਪਿੰਡ ਦੇ ਵਿੱਚ ਇੱਕ ਇਕੱਠ ਹੋਇਆ ਜੀ ਮੈਂ ਵੀ ਉੱਥੇ ਚ ਬੈਠਾ ਵੇ ਜਾ ਕੇ ਇਕੱਠ ਹੋਇਆ ਤਾਂ ਬਾਹਰੋਂ ਇੱਕ ਧਰਮ ਦੇ ਕੋਈ ਦੋ ਜਨੂਨੀ ਆਏ ਜੀ ਉਹੀ ਇਹ ਕਿਹਾ ਜਾ ਕੇ ਵੀ ਸਾਡੇ ਨੇੜੇ ਇੱਕ ਪਿੰਡ ਔੜ ਆ ਵੀ ਔੜ ਦੇ ਮੁਸਲਮਾਨ ਇਕੱਠੇ ਹੋਏ ਹੋਏ ਆ ਔੜ ਦੇ ਮੁਸਲਮਾਨਾਂ ਤੇ ਉੱਤੇ ਹਮਲਾ ਹੋਣਾ ਹੈ ਕਿ ਹਮਲਾ ਕਰਨਾ ਤੇ ਉੱਥੇ ਤਿਆਰ ਹੋ ਜਾਓ ਜਾ ਕੇ ਸਾਰੇ ਬੰਦੇ ਜਿਹੜੇ ਆ ਮੁਸਲਮਾਨਾਂ ਤੇ ਉੱਥੇ ਹਮਲਾ ਕਰਨੇ ਜਾ ਕੇ ਤੇ ਉਹ ਜਿਹੜਾ ਹੈਗਾ ਜਿਹੜਾ ਇਹਦੇ ਖਿਲਾਫ ਹੋ ਖੜਾ ਹੋਵੇ अच्छा ओ खੜਿਆ ਹੋਣਾ ਓਕੇ ਹੋਣਾ ਸੀਗਾ ਫਿਰ ਐਨੀਵੇ ਹੁਣ ਮੈਂ ਥੋੜੇ ਅੰਬੈਰਸ ਹੋ ਰਿਆਂ ਕਹਿਣ ਲੱਗਾ ਜਾ ਕੇ ਉਹ ਮੇਰੇ ਫਾਦਰ ਫੇਖੜੇ ਹੋਏ ਜੀ ਹੂੰ ਉਹਨੇ ਕਹਿੰਦੇ ਮੈਂ ਇਹਦਾ ਵਿਰੋਧਤਾ ਕਰਨਾ ਜਾ ਕੇ ਮੈਂ ਹਮਲਾ ਨਹੀਂ ਕਰਨਾ اچھا ਸਾਡੇ ਨਾਲ ਪਿੰਡ ਸੀ ਕੁਮਾਮ ਜੀ ਹੁਣ ਕੁਮਾਮ ਦੇ ਮੁਸਲਮਾਨਾਂ ਦੇ ਨਾਲ ਸਾਡੇ ਫੈਮਿਲੀ ਦੇ ਤਾਲਕਤ ਬਹੁਤ ਜਿਆਦੇ ਸੀਗੇ ਔਨ ਜਾਣ ਸਾਰਾ ਸਾਰਿਆਂ ਤੋਂ ਤਾਲਕਾ ਸੀ ਉਹ ਮੈਨੂੰ ਇਹ ਵੀ ਜੇ ਤੱਕ ਕਮਾਮ ਦੇ ਮੁਸਲਮਾਨ ਤੋਂ ਦਿਲਦਾਰ ਹੁਣੀ ਘੋੜੀ ਤੇ ਆਏ ਆਂ ਕਿ ਮੇਰੇ ਫਾਦਰ ਉਹਨਾਂ ਨੂੰ ਕੁਝ ਨਹੀਂ ਸਲਾਹ ਕੀਤੀ ਮੈਨੂੰ ਪਤਾ ਨਹੀਂ ਕੀ ਹੋਇਆ ਫਿਊਚਰ ਇਹ ਗਏ ਜਾ ਕੇ ਫੇਕ ਔਰ ਦੇ ਜਿਸ ਨਾਲ ਹਮਲਾ ਹੋਇਆ ਨਾ ਜੀ ਫੇ ਮੇਰੇ ਫਾਦਰ ਜਿਹੜੇ ਆ ਕੁਝ ਬੰਦਿਆਂ ਨੂੰ ਫੇ ਇਕੱਠੇ ਕਰਕੇ ਜਾ ਕੇ ਜੀ ਔਰ ਗਏ ਜਾ ਕੇ ਔਰ ਤੋਂ ਵੀ ਉਹ ਨਹੀਂ ਉਹ ਦਿਲਦਾਰ ਉਹਨਾਂ ਦੀ ਸਾਰੀਆਂ ਫੈਮਲੀਆਂ ਕੱਢ ਲੈਂਦੀਆਂ ਜੀ ਸਾਰੀਆਂ ਫੈਮਲੀਆਂ ਕੱਢ ਕੇ ਆਪਣੇ ਪਿੰਡ ਲੈ ਆਂਦੇ ਜੀ ਪਿੰਡ ਲੈ ਆ ਕੇ ਫਿਰ ਪਿੰਡ ਉਹਨਾਂ ਨੂੰ ਰੱਖੇ ਜਾ ਕੇ ਉਹ ਕਿੰਨੇ ਦਿਨ ਰੱਖੇ ਮੈਨੂੰ ਪਤਾ ਜਾ ਕੇ ਜੀ ਪਿੰਡ ਦੇ ਲੋਕਾਂ ਨੇ ਸਾਰੇ ਇਕੱਠੇ ਉਹ ਤੋਂ ਪੈਸੇ ਤਾਂ ਨਹੀਂ ਮਾਰ ਉਹਨਾਂ ਦੀ ਸੇਵਾ ਸਾਰਿਆਂ ਦੀ ਕੀਤੀ ਜਿੰਨਾ ਚਿਰ ਕਿੰਨੇ ਹੀ ਸੀਗੇ ਉਹ ਫਿਰ ਸਾਰਿਆਂ ਨੂੰ ਗੱਡਿਆਂ ਤੇ ਉਹਨਾਂ ਦਾ ਸਮਾਨ ਰੱਖ ਕੇ ਬਰਾਮ ਕੈਂਪ ਸੀ ਉਹਨਾਂ ਦੇ ਕੈਂਪ ਦੇ ਵਿੱਚ ਛੱਡ ਕੇ ਆ ਇਹ ਮਸਾਲਾ ਵੀ ਸੀ ਗਿਆ ਉੱਤੇ ਜਾ ਕੇ ਇਹ ਇਹ ਇੱਕ ਨਹੀਂ ਮਾਈ ਫਾਦਰ ਵਾਸ ਨਾਟ ਦੀ ਓਨਲੀ ਵਨ ਮੇਰੇ ਫਾਦਰ ਵਰਗੇ ਬਹੁਤ ਹੋਰ ਵੀ ਬੰਦੇ ਸੀਗੇ ਜਿਨ੍ਹਾਂ ਨੇ ਆਪਣੀ ਜਾਨ ਦੀ ਰਿਸਕ ਦੇ ਉੱਤੇ ਬਚਾ ਕੇ ਉਹਨਾਂ ਨੂੰ ਉੱਥੇ ਕੈਂਪਾਂ ਦੇ ਵਿੱਚ ਭੇਜਿਆ ਔਰ ਵਾਈਸ ਵਰਸਾ ਔਰ ਵਾਈਸ ਵਰਸਾ ਬਹੁਤ ਸਾਰੇ ਮੁਸਲਮਾਨਾਂ ਨੇ ਹਿੰਦੂ ਪਰਿਵਾਰਾਂ ਨੂੰ ਆਪਣੇ ਘਰਾਂ 'ਚ ਲੁਕੋ ਕੇ ਰੱਖਿਆ ਫੈਨ ਸਾਹਿਬ ਮੇਰੇ ਫਰੈਂਡ ਆ ਇੰਗਲੈਂਡ ਦੇ ਵਿੱਚ ਮੈਂ ਉਹਨਾਂ ਨਾਲ ਕਈ ਵਾਰ ਗੱਲ ਕੀਤੀ ਮੈਂ ਉਹਨਾਂ ਨੂੰ ਉਹ ਉਹ ਮੇਰੇ ਤੋਂ ਦੁੱਖ ਸਾਲ ਬੜੇ ਆ ਉਹਨੂੰ ਸਾਰਾ ਚੇਤਾ ਸੀਗਾ ਮੈਂ ਕਿਹਾ ਵੀ ਤੁਹਾਡੇ 'ਚੋਂ ਤਾਂ ਨਹੀਂ ਕੋਈ ਮਾਰਿਆ ਗਿਆ ਉਹ ਕਹਿੰਦੇ ਨਹੀਂ ਸਾਡੇ ਪਿੰਡ ਦੇ ਜਿੰਨੇ ਮੁਸਲਮਾਨ ਸੇ ਉਹ ਸਾਰੇ ਸਾਨੂੰ ਇੱਥੇ ਬਾਗੇ ਤੇ ਛੱਡ ਕੇ ਗਏ ਸੀ ਨਾਲ ਆਪਣੇ ਹਥਿਆਰ ਲੈ ਕੇ ਨਾਲੇ ਸਾਰੇ ਹਥਿਆਰ ਸੇ ਨਾਲੇ ਉੱਥੇ ਤਾਂ ਛੱਡ ਕੇ ਗਏ ਆਕੇ ਜਾਕੇ ਇਤਿਹਾਸ ਜਨ ਮੁਸਲਮਾਨਾਂ ਦੇ ਰਿਲੇਸ਼ਨਸ਼ਿਪ ਬਹੁਤ ਵਧੀਆ ਸੀ ਸਾਰਿਆਂ ਦੇ ਰਿਲੇਸ਼ਨਸ਼ਿਪ ਸਭ ਦੇ ਤਾਂ ਪਤਾ ਨਹੀਂ ਉਸ ਸਮੇਂ ਕੀ ਹੋ ਗਿਆ ਲੋਕਾਂ ਨੂੰ ਆਪੇ ਐਸਾ ਜਨੂਨ ਚੜਿਆ ਪਤਾ ਨਹੀਂ ਕੀ ਹੋ ਗਿਆ ਉਸ ਆਜ਼ਾਦੀ ਦਾ ਜਾਂ ਉਥਰ ਪੁਥਰ ਦਾ ਉਹ ਇੱਕ ਬਹੁਤ ਮਹੱਤਵਪੂਰਨ ਮੁੱਦਦਰਨਾ ਕੇ ਸਾਥ ਉਹ ਇੱਕ ਖੂਨੀ ਆਜ਼ਾਦੀ ਸੀ ਜਾ ਕੇ ਉਸ ਆਜ਼ਾਦੀ ਦਾ ਮੈਨੂੰ ਖੈਰ ਖੁਸ਼ੀ ਤਾਂ ਕਿੰਨੀ ਹੋਈ ਆ ਪਰ ਹੁਣ ਵੀ ਜਿਨ੍ਹਾਂ ਬੰਦਿਆਂ ਨੇ ਦੁੱਖ ਸਹਿਆ ਹੈ ਹੁਣ ਉਸ ਆਜ਼ਾਦੀ ਦਾ ਉਹਨਾਂ ਜੋ ਜਿੰਦੇ ਹੋਣੇ ਕਹੀ ਉਹਨਾਂ ਨੂੰ ਪਤਾ ਜਾ ਕੇ ਵੀ ਉਹਨਾਂ ਨੇ ਕਿੰਨੇ ਕਸ਼ਟ ਕਿੰਨਾ ਟੌਰਚਰ ਕਿੰਨਾ ਮੈਂਟਲ ਤਕਲੀਫ ਚੱਲੀ ਆ ਉਹ ਸਦਾ ਦਿੱਦੇ ਲੋਕ ਹਨ ਪਰ ਦੋਸ਼ ਹੋ ਗਏ ਬਹੁਤ ਸਾਰੇ ਲੋਕਾਂ ਦਾ ਜਨਮ ਉਹਨਾਂ ਗੱਡੀਆਂ ਥੱਲੇ ਹੋਇਆ ਜੀ ਇਹਨਾਂ ਦੇ ਗੱਡਿਆਂ ਦੇ ਕਾਫਲੇ ਇੱਧਰ ਨੂੰ ਆ ਰਹੇ ਸੀ ਉਧਰ ਨੂੰ ਜਾ ਰਹੇ ਸੀ ਕਾਫਲੇ ਇੱਧਰ ਇੰਦਾ ਜਾਦੇ ਬਹੁਤ بڑے بڑے ਕਾਫਲੇ ਕੈਂਪ ਲੱਗੇ ਸੀਗੇ ਜਾ ਕੇ ਉਹ ਔਰ ਤੁਹਾਨੂੰ ਮੈਂ ਹੋਰ ਦੱਸਦਾ ਜੀ ਉਹਦੇ ਵਿੱਚ ਹਾਲੇ ਤੱਕ ਉਹਦੇ ਵਿੱਚ ਜਾ ਕੇ ਜੀ ਉਹ ਗੱਡੀਆਂ ਕਤਲ ਹੁੰਦੀਆਂ ਸੀ ਜੀ ਰੇਲ ਗੱਡੀਆਂ ਰੇਲ ਗੱਡੀਆਂ ਕਤਲ ਕਰ ਦੱਸੇ ਰੇਲ ਗੱਡੀਆਂ ਜਾਂ ਕਤਲ ਹੁੰਦੇ ਸੀ ਤਾਂ ਉਹਨਾਂ ਦੇ ਵਿੱਚ ਮੈਨੂੰ ਜਾਂ ਮੈਂ ਹੁਣ ਪੜ੍ਹਿਆ ਜਾ ਕੇ ਜਾਂ ਮੈਨੂੰ ਦੱਸਿਆ ਮੈਨੂੰ ਇਦਾਂ ਨਹੀਂ ਪਤਾ ਹੈ ਉਹਨਾਂ ਦੇ ਵਿੱਚ ਪੰਡਤ ਨਹਿਰੂ ਫਿਰ ਲਾਰਡ ਮਾਉਂਟਬੈਟਨ ਕੋ ਗਏ ਬੰਦਰ ਨਹਿਰੂ ਨੇ ਉਹਨਾਂ ਨੂੰ ਇਹ ਗੱਲ ਕਹੀ ਆ ਵੀ ਸਾਨੂੰ ਐਜੀਟੇਸ਼ਨ ਦਾ ਤਜਰਬਾ ਹੈਗਾ ਸਾਨੂੰ ਰਾਜ ਕਰਨ ਦਾ ਤਜਰਬਾ ਨਹੀਂ ਹੈ ਸਾਨੂੰ ਦੱਸੋ ਕਿੱਦਾਂ ਬੰਦ ਕਰੀਏ ਤਾਂ ਗੱਡੀਆਂ ਦੀ ਗੱਡੀਆਂ ਕਤਲ ਹੋ ਰਹੀਆਂ ਜੀ ਉਹ ਕਹਿੰਦੋ ਓਕੇ ਜੀ ਲਾਰਡ ਮਾਉਂਟਮੈਟਰ ਨੇ ਪਹਿਲਾਂ ਹੀ ਆਰਡਰ ਇਹ ਕੱਢਿਆ ਵੀ ਗੱਡੀਆਂ ਦੇ ਨਾਲ ਜਿਹੜੇ ਪੁਲਿਸ ਦੇ ਗਾਰਡ ਆ ਜੇ ਉਹ ਗੱਡੀਆਂ ਨੂੰ ਪ੍ਰੋਟੈਕਟ ਕਰਨ ਦੇ ਵਿੱਚ ਜ਼ਖਮੀ ਨਹੀਂ ਹੁੰਦੇ ਆ ਤਾਂ ਉਹਨਾਂ ਨੂੰ ਗੋਲੀ ਮਾਰ ਦਿਓ ਹੂੰ ਜਿਹੜੇ ਗਉਕੂ ਕੋ ਨਹੀਂ ਸਮਝ ਲਿਆ ਭਈ ਇਹ ਪੁਲਿਸ ਕਰਾਉਂਦੀ ਹਿੰਦੂ ਪੁਲਿਸ ਜਿਹੜੀ ਹੈਗੀ ਉਹਨਾਂ ਨੂੰ ਮਰਵਾਈ ਜਾਂਦੀ ਹੈ ਮੁਸਲਮਾਨ ਪੁਲਿਸ ਉਹਨਾਂ ਨੂੰ ਮਰਵਾਈ ਜਾਂਦੀ ਹੈ ਉਹਨੇ ਇਹ ਕਰ ਦਿੱਤਾ ਜਾ ਕੇ ਉਹ ਗਾੜ ਜੀ ਜ਼ਖਮੀ ਨਹੀਂ ਹੁੰਦੇ ਤਾਂ ਗਾੜਨ ਗੋਲੀ ਮਾਰਦੇ ਹੋ ਗੱਡੀਆਂ ਬੰਦ ਹੋ ਗਈਆਂ ਜੀ ਕਤਲ ਹੋਣੀਆਂ ਜਾ ਕੇ ਇੱਕ ਆਰਡਰ ਦੇ ਨਾਲ ਉਹਨਾਂ ਦੇ ਲਾਟ ਮਾਉਂਟ ਇਸ ਆਰਡਰ ਦੇ ਨਾਲ ਕਿਉਂ ਗੋਨ ਨੂੰ ਪਤਾ ਸੀ ਵੀ ਇਹ ਆਪ ਕਰੋ ਹੁੰਦੇ ਹੈ ਜਾ ਕੇ ਇੰਨਾ جنੂਨ ਚੜਿਆ ਸੀ ਲੋਕਾਂ ਨੂੰ ਉਹ ਉਸ ਵੇਲੇ ਹਾਂਜੀ ਤੈਂ ਸਰ ਇੱਕ ਮੈਂ ਥੋੜੇ ਦੱਸਦਾ ਜਿਹੜੇ ਬੰਦੇ ਹੋਰ ਇੰਟਰਸਟਿਡ ਹੋਣ ਨਾ ਪੇ ਉਸ ਪਾਸੇ ਜਾ ਕੇ ਆਪਣੇ ਕਿੰਨੀ ਕੰਟਰੀਬਿਊਸ਼ਨ ਹੋਈ ਆ ਆਜ਼ਾਦੀ ਦੇ ਲਈ ਉਹਦੇ ਵਿੱਚ ਇੱਕ ਉਰਦੂ ਦੀ ਕਿਤਾਬ ਆ ਪੰਜਾਬ ਨੇ ਆਜ਼ਾਦੀ ਖਿਲ ਤਹਿਰੀਕੇ ਕੁਛ ਐਸਾ ਇਦਾਂ ਦਾ ਨਾਮ ਆ ਉਹਦੇ ਵਿੱਚ ਉਹ ਸਾਰਾ ਹੀ ਡੀਟੇਲ ਦੇ ਵਿੱਚ ਉੱਥੇ ਕਿੱਦਾਂ ਕਿੱਦਾਂ ਲੜਾਈਆਂ ਲੜੀਆਂ ਜਾ ਕੇ ਖਟਕ ਡਰਾਈਵ ਨੇ ਫੁਲਾਨੇ ਡਰਾਈਵ ਨੇ ਇਦਾਂ ਲੜੀਆਂ ਉਹ ਹੋ ਜਾਂਦਾ ਅੱਛਾ ਇੱਕ ਮੈਂ ਤੁਹਾਨੂੰ ਜਿਹੜਾ ਤੁਸੀਂ ਹੁਣੇ ਦੱਸ ਕੇ اٹੇ ਆ ਉਹਦੇ ਚ ਉਸ ਵੇਲੇ 우ਸਤਾਦ ਦਾਵਨ ਨੇ ਇੱਕ ਪੋਇਮ ਲਿਖੀ ਸੀ ਜੀ ਅੱਛਾ ਆ ਮੇਰੇ ਕੋਲ ਤਾਂ ਕੁਝ ਥੋੜੇ ਜਿਹਾ ਹੈਗੇ ਮੈਂ ਤੁਹਾਨੂੰ ਦੱਸਦਾ ਹਾਂ ਇੱਕ ਇੰਡੋ ਪਾਕ ਮੁਸ਼ਹਿਰਾ ਹੋਇਆ ਸੀਗਾ ਉਹਨਾਂ ਦਿਨਾਂ 'ਚ ਉਹ ਇਹ ਕਿਹਾ ਜਾਂਦਾ ਵੀ ਪੰਡਤ ਨਹਿਰੂ ਵੀ ਸ਼ਾਇਦ ਉਹਦੇ ਹੀ ਸੀਗੇ ਤੇ ਉਹ ਉਸਤਾਦ ਦਾਮਨ ਜਿਹੜੇ ਆ ਆਪਾਂ ਗੱਲ ਕੀਤੀ ਵਾ ਫੇਰ ਕਿਤੇ ਕਰਾਂਗੇ ਲੰਮੀ ਚੌੜੀ ਇਹਨਾਂ ਦੀ ਗੱਲ ਉਹਨੇ ਇਹ ਲਿਖਿਆ ਜਾਏ ਉਸ ਮੁਸ਼ਹਿਰਾ ਲਿਖਿਆ ਪਾਵੇਂ ਮੂੰਹੋਂ ਨਾ ਕਹੀਏ ਪਰ ਵਿੱਚੋਂ ਵਿੱਚ ਹੀ ਖੋਏ ਤੁਸੀਂ ਵੀ ਹੋ ਖੋਏ ਅਸੀਂ ਵੀ ਹਾਂ ਹੂੰ ਠੀਕ ਹੈ ਨਾ ਇਹਨਾਂ ਆਜ਼ਾਦੀਆਂ ਹੱਥੋਂ ਬਰਬਾਦ ਹੋਣਾ ਹੋਏ ਤੁਸੀਂ ਵੀ ਹੋ ਹੋਏ ਅਸੀਂ ਵੀ ਹਾਂ ਕੁਝ ਉਮੀਦ ਸੀ ਜ਼ਿੰਦਗੀ ਮਿਲ ਜਾਏਗੀ ਮੋਏ ਤੁਸੀਂ ਵੀ ਹੋ ਮੋਏ ਅਸੀਂ ਅਸੀਂ ਵੀ ਹਾਂ ਫਿਰ ਕਹਿੰਦਾ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਰੋਏ ਤੁਸੀਂ ਵੀ ਰੋ ਤੇ ਰੋਏ ਅਸੀਂ ਵੀ ਹਾਂ ਜਾ ਕੇ ਉਹ ਨਹੀਂ ਲਿਖਿਆ ਸੀ ਇਹ ਸੁਖੌਂ ਚੀ ਉਸ ਦਾ ਦੀ ਉਹ ਸੀ ਆਜ਼ਾਦੀ ਅੱਛਾ ਇੱਕ ਮੈਂ ਥੋੜਾ ਐਂਡ ਦੇ ਵਿੱਚ ਇਹ ਦੱਸਣਾ ਚਾਹੁੰਦਾ ਹੈਗਾ ਤੇ ਜੇ ਆਪਾਂ ਦੋਏ ਪਾਸੇ ਦੇਖੀਏ ਨਾ ਦੇਖੋ ਅੰਗਰੇਜ਼ਾਂ ਨੇ ਹਿੰਦੁਸਤਾਨ ਦਾ ਹਰ ਰੂਲਰ ਨੁਕਸਾਨ ਵੀ ਬਹੁਤ ਕਰਦਾ ਜਾ ਕੇ ਕੋਈ ਸ਼ੱਕ ਅੰਗਰੇਜ਼ਾਂ ਨੇ ਬਹੁਤ ਹਿੰਦੁਸਤਾਨ ਦਾ ਨੁਕਸਾਨ ਵੀ ਕੀਤਾ ਜਾ ਕੇ ਪਰ ਅੰਗਰੇਜ਼ਾਂ ਨੇ ਹਿੰਦੁਸਤਾਨ ਦਾ ਬਣਾਇਆ ਵੀ ਬਹੁਤ ਕੁਝ ਹੁਣ ਜੇ ਅਸੀਂ ਇਹਦੇ ਦੇਖੇ ਪਿੱਛੋ ਲਈਏ ਨਾ ਆਪਣਾ ਕਹਿੰਦੇ ਮੁਗਲਾਂ ਦਾ ਲੈ ਰਹੋ ਤੁਸੀਂ ਹੁਣ ਜੇ ਮੁਗਲ ਸਾਹਿਬ ਤਾਂ ਜਾਂ ਸੁਲਤਾਨੇਟ ਸਾਲ ਤੱਕ ਦੀ ਦੇਖਿਆ ਜਾਵੇ ਕੋਤੋਂ ਮੀਨਾਰ ਤੋਂ ਲੈ ਕੇ ਇੰਨੀਆਂ ਬਿਲਡਿੰਗਾਂ ਬਣੀਆਂ ਉਸ ਟਾਈਮ ਦੇ ਵਿੱਚ ਉਹ ਨਾਲ ਥੋੜੀ ਕਿਤੇ ਲੈ ਕੇ ਚੱਪ ਉਹ ਨਾਲ ਥੋੜਾ ਇਹ ਥੋੜੀ ਜਿਹਾ ਕੇ ਬਾਬਰ ਜਾ ਕੇ ਫਰਗਾਨੇ ਚ ਬਣਾਉਂਦਾ ਸੀ ਬਿਲਡਿੰਗਾਂ ਨਹੀਂ ਨਹੀਂ ਤਾਜ ਮਹਿਲ ਤਾਂ ਤਾਜ ਮਹਿਲ ਇੱਥੇ ਬਣਿਆ ਲਾਲ ਕਿਲਾ ਇੱਥੇ ਬਣਿਆ ਸਾਰੀਆਂ ਵੱਡ-ਵੱਡੀਆਂ ਕੋਤੋਂ ਮੀਨਾਰ ਇੱਥੇ ਬਣਿਆ ਸਾ ਇੱਥੇ ਬਣਾ ਹਿੰਦੁਸਤਾਨ ਇਸ ਏਰੀਏ ਨੂੰ ਬਿਹਤਰ ਬਣਾਉਣ ਦੇ ਲਈ ਉਹਨਾਂ ਸਾਰੇ ਸਾਰੇ ਕੰਮ ਕੀਤੇ ਜਿਹੜੇ ਜਾ ਕੇ ਇੱਕ ਥਿੰਦ ਸਾਹਿਬ ਇਸ ਗੱਲ ਨੂੰ ਫੇਰ ਮੈਂ ਬਾਰ-ਬਾਰ ਦੱਸਦਾ ਮਾਂ ਮੁਗਲ ਰਾਜ ਦੇ ਵਿਚ ਵੀ ਮжоਰਿਟੀ ਜਿਹੜੇ ਛੋਟੇ ਛੋਟੇ ਅਹਲਕਾਰ ਸੇ ਉਹ ਸਾਰੇ ਹਿੰਦੂ ਸੇ ਛੋਟੇ ਛੋਟੇ ਅਹਲਕਾਰ ਉਹਨਾਂ ਦੇ ਨਾਲ ਅੰਗਰੇਜ਼ਾਂ ਦੇ ਟਾਈਮ ਵੀ ਇਦਾਂ ਹੀ ਸੀ ਅੰਗਰੇਜ਼ਾਂ ਦੇ ਵਿੱਚ ਅੰਗਰੇਜ਼ ਸਾਰੇ ਕੰਮ ਜਿਹੜਾ ਚਲਾਉਂਦੇ ਸੀਗੇ ਇੱਥੇ ਦੇ ਬੰਦਿਆਂ ਦੇ ਨਾਲੇ ਚਲਾਉਂਦੇ ਸੀ ਉਹ ਹੀ ਕੰਮ ਚਲਾਉਂਦੇ ਸੋ ਉਹਦੇ ਨਾਲ ਤਾਂ ਇੱਕ ਜਿਹੜਾ ਆਮ ਬੰਦਾ ਸੀ ਉਹਦੇ ਲਈ ਕੀ ਹੋਇਆ ਇੱਕ ਚੇਂਜ ਆਫ ਗਵਰਨਮੈਂਟ ਹੋਈ ਜਾਗੀ ਕੀ ਜਦ ਗਵਰਨਮੈਂਟ ਹੋਈ ਫੋਰਨ ਰੂਲ ਦਾ ਇਹ ਮੂਵਮੈਂਟ ਫੇ ਬਹੁਤ ਬਣ ਕੇ ਪੇ ਅੰਗਰੇਜ਼ਾਂ ਨੂੰ ਬਾਹਰ ਕੱਢੋ ਅੰਗਰੇਜ਼ਾਂ ਨੂੰ ਬਾਹਰ ਕੱਢੋ ਔਰ ਅੰਗਰੇਜ਼ ਬਾਹਰ ਨਿਕਲ ਗਏ ਪਰ ਜੇ ਤੁਸੀਂ ਇਹ ਕਹੋ ਜਾ ਕੇ ਪਈ ਅੰਗਰੇਜ਼ੀ ਰਾਜ ਜਾਣ ਤੋਂ ਬਾਅਦ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਆ ਅੰਗਰੇਜ਼ਾਂ ਦੀ ਹੈਗੀ ਆ ਅੰਗਰੇਜ਼ਾਂ ਨੇ ਲਾ ਨੂੰ ਕੋਡੀਫਾਈ ਕੀਤਾ ਇਹ ਸਭ ਤੋਂ ਵੱਡੀ ਇਹਨਾਂ ਦੀ ਦੇਣ ਹਿੰਦੁਸਤਾਨ ਨੂੰ ਪਹਿਲਾਂ ਸਭ ਲੋਕ ਜਿਹੜੇ ਬਾਦਸ਼ਾਹ ਸੀ ਅਫੀਮ ਖਾ ਕੇ ਤਖਤ ਤੇ ਬੈਠ ਜਾਂਦੇ ਜਿਹੜਾ ਵੀ ਫੈਸਲਾ ਉਹ ਜ਼ਬਾਨ ਚ ਨਿਕਲ ਗਿਆ ਉਹ ਇੰਪਲੀਮੈਂਟ ਕਰ ਦੇਣਾ ਇੰਪਲੀਮੈਂਟ ਕਰ ਦੇਣਾ ਕਿਸੇ ਦਾ ਗਲ ਵੱਡ ਦਿੱਤਾ ਜਾਏ ਗਲ ਵੱਡ ਚੋਰੀ ਪਿੱਛੇ ਮਾਮੂਲੀ ਚੋਰੀ ਪਿੱਛੇ ਕਿਸੇ ਦਾ ਗਲ ਵੱਡ ਦੇਣਾ ਕਿਸੇ ਨੇ ਬਹੁਤ ਸੰਗੀਨ ਕ੍ਰਾਈਮ ਕੀਤਾ ਉਹਨਾਂ ਨੂੰ ਇਹਨਾਂ ਨੂੰ ਆਜ਼ਾਦ ਕਰ ਦੇ। ਜਾਨ ਸਾਹਿਬ ਜਵਾਨ ਜਰਮਨੀ ਦਾਸ ਨੇ ਇੱਕ ਕਿਤਾਬ ਲਿਖੀ ਹੈ ਬਾਹਾਰਾਜਾ ਬਹੁਤ ਪੈਸਾ ਕਾਫੀ ਪੁਰਾਣੀ ਹੈ ਉਹਦੇ ਵਿੱਚ ਉਹਦੇ ਵਿੱਚ ਉਹ ਲਿਖਦਾ ਉਹ ਕਹਿੰਦਾ ਇੱਕ ਰਾਜਾ ਮਹੀਨੇ ਦੇ ਵਿੱਚ ਇੱਕ ਵਾਰ ਕੋਟ ਲਾਉਂਦਾ ਹੁੰਦਾ ਸੀ ਪੋਟ ਜਾਂ ਲਾਉਣਾ ਕਹਿੰਦਾ ਤਾਂ ਉਹਨ ਇਦਾਂ ਸਾਰੀ ਦੋ ਪਾਸੇ ਲੈਨ ਲਾ ਲੈਣੀ ਗੱਬੇ ਤੋਂ ਦਰਮਿਆਨ ਦੇ ਵਿੱਚ ਆਪ ਜਾਣਾ ਸੋਟੀ ਉਹਦੇ ਹੱਥ 'ਚ ਹੁੰਦੀ ਸੀ ਕਹਿੰਦਾ ਜੀ ਤੇ ਉਹ ਨਾਲ ਉਹਦਾ ਵਜ਼ੀਰ ਹੁੰਦਾ ਸੀ ਉਹਦੇ ਕੋਲ ਕਿਤਾਬ ਹੁੰਦੀ ਸੀ ਜਿਹ 'ਚ ਲਿਖਿਆ ਹੁੰਦਾ ਸੀ ਫਲਾਣਾ ਮੁੱਲ ਜਮੇ ਤੇ ਆਹ ਚਾਰ ਦਿਆ ਉਹਨ ਸੋਟੀ ਦੇ ਨਾਲ ਕਹੀ ਜਾਂਦਾ ਚੱਲ ਤੈਨੂੰ ਸਾਲ ਦੀ ਸਜ਼ਾ ਚੱਲ ਤੂੰ ਬਰੀ ਜਾ ਕੇ ਚੱਲ ਤੈਨੂੰ 500 ਰੁਪਏ ਜੁਰਮਾਨਾ ਚੱਲ ਇਦਾਂ ਨਾਲ ਤੁਰ ਹੀ ਜਾਣਾ ਉਹ ਕਹਿੰਦਾ ਨਾਲੇ ਫੈਸਲਾ ਕਰੀ ਜਾਣਾ ਫਿਰ ਕਹਿੰਦਾ ਕਈ ਵਾਰ ਉਹਨ ਥੱਕ ਜਾਣਾ ਕਈ ਵਾਰ ਉਹ ਕਹਿੰਦਾ ਚਲੋ ਸਾਰੇ ਬਰੀ ਜਸਰ ਲੁਕੇ ਆ ਲਾ ਹੁੰਦਾ ਅੰਗਰੇਜ਼ਾਂ ਨੇ ਕੋਡੀਫਾਈ ਕੀਤਾ ਲਾ ਨੂੰ ਜਿਹਦੇ ਵਿੱਚ ਉਹਨੇ ਇਹ ਕਿਹਾ ਕਿ ਹਰ ਜੁਰਮ ਦੀ ਸਜ਼ਾ ਬੰਦ ਦਿੱਤੀ ਕਿ ਚੋਰੀ ਦੀ ਸਜ਼ਾ ਇਹ ਨਹੀਂ ਆ ਡਾਕੇ ਦੀ ਸਜ਼ਾ ਇਹ ਨਹੀਂ ਆ ਕਤਲ ਦੀ ਸਜ਼ਾ ਇਹ ਨਹੀਂ ਆ ਕਿਸੇ ਨੂੰ ਧੋਖਾ ਦੇਣ ਦੀ ਸਜ਼ਾ ਆ ਆ ਫਲਾਨੀ ਆ ਅੱਗੇ ਵਾਂਗ ਦੇ ਸਿਆ ਹੋਇਆ ਵੀ ਜਿੱਦਾਂ ਰਾਜੇ ਦਾ ਚਿਤ ਕਰੇ ਉਦਾਂ ਕੀ ਇੱਕ ਘਟਨਾ ਇਹੋ ਜੀ ਵੀ ਹੋਈ ਜਿੱਥੇ ਗੋਰਿਆਂ ਨੂੰ ਉਹਨਾਂ ਨੇ ਫਾਂਸੀ ਦੀ ਸਜ਼ਾ ਦਿੱਤੀ ਫਾਂਸੀ ਦੀ ਸਜ਼ਾ ਪੰਜਾਬ 'ਚ ਹੋਈ ਪੰਜਾਬ 'ਚ ਹੀ ਹੋਈ ਸੀ ਪੰਜਾਬ 'ਚ ਹੋਈ ਉਹਦੇ ਵਿੱਚ ਲੋਕ ਬੜੇ ਹੈਰਾਨ ਹੋਏ ਵੀ ਗੋਰਿਆਂ ਨੇ ਗੋਰੇ ਨੂੰ ਹੀ ਗੋਰਿਆਂ ਨੇ ਗੋਰਿਆਂ ਨੂੰ ਹੋਵੇ ਤਾਂ ਲਾਰਡ ਲਾਹੌਜ਼ੀ ਦੇ ਕੋਲ ਰਹਿਮ ਦੀ ਅਪੀਲ ਗਈ ਉਹਨੂੰ ਅਪੀਲ ਰਿਜੈਕਟ ਕਰ ਦਿੱਤੀ ਉਹ ਕਹਿੰਦਾ ਨਹੀਂ ਇਹ ਲਾਅ ਕਹਿੰਦਾ ਉਹ ਲਾਹ ਨੂੰ ਲੋਕ ਕਹਿੰਦਾ ਮੈਂ ਲਾਹ ਨੂੰ ਮੈਂ ਕੀ ਕਰਾਂ ਉਹ ਜਿਹੜੀ ਇੰਡੀਅਨ ਪੀਨਲ ਕੋਡ ਸੀ ਉਹਦੇ ਮੁਤਾਬਕ ਉਹਨਾਂ ਨੇ ਉਹੀ ਦਫਾ ਉਹੀ ਦਫਾ ਲਾਤੀ ਹੁਣ ਇਹ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਹੁਣ ਤੱਕ ਚੱਲਦੀ ਹੈ ਤੈਂ ਸਾਉਦ ਜਿਸ ਵੇਲੇ ਅੰਗਰੇਜ਼ ਸੀ ਇੱਕ ਗੱਲ ਸਾਰੇ ਮੇਰੇ ਸੁਣਨ ਵਾਲੇ ਸਮਝ ਲੈਣ ਜਾਣਗੇ ਉਸ ਵੇਲੇ ਚੁਆਇਸ ਇਹ ਨਹੀਂ ਸੀ ਐ ਵੀ ਤੁਸੀਂ ਅੰਗਰੇਜ਼ੀ ਰਾਜ ਦੇ ਥੱਲੇ ਰਹਿਣਾ ਜਾਂ ਤੁਸੀਂ ਡੈਮੋਕਰੈਟਿਕ ਰਾਜ ਦੇ ਥੱਲੇ ਰਹਿਣਾ ਉਸ ਵੇਲੇ ਚੁਆਇਸ ਇਹ ਵੀ ਅੰਗਰੇਜ਼ੀ ਰਾਜ ਦੇ ਥੱਲੇ ਰਹਿਣਾ ਜਾਂ ਰਾਜਿਆਂ ਦੇ ਰਾਜ ਦੇ ਥੱਲੇ ਰਹਿਣਾ ਕਿਉਂਕਿ ਰਾਜੇ ਸੀ ਉਸ ਵੇਲੇ ਉਸ ਵੇਲੇ ਡੈਮੋਕਰੇਸੀ ਥੋੜੀ ਜਿਹੀ ਇੰਡੀਆ ਵਿੱਚ ਉਸ ਵੇਲੇ ਤੁਸੀਂ ਰਾਜਿਆਂ ਦੇ ਰਾਜ ਥੱਲੇ ਰਹਿਣਾ ਜਾਂ ਅੰਗਰੇਜ਼ਾਂ ਦੇ ਰਾਜ ਥੱਲੇ ਰਹਿਣਾ ਮੇਰੇ ਬਾਬੇ ਹੁਣੇ ਦੱਸ ਦਿਆ ਕਹਿੰਦੇ ਉਹਨੇ ਕਹਿੰਦਾ ਅਸੀਂ ਆਪਣੇ ਬੰਗਿਆਂ ਤੋਂ ਤਾਂਗੇ ਤੇ ਜਾਣਾ ਇੱਥੇ ਫੁਵਾੜੇ ਨੂੰ ਜਾਣਾ ਤਾਂਗਾ ਆਖੇ ਬੜੇ ਜਾਂਦੇ ਜਾਂਦੇ ਬੜਾ ਸੋਹਣਾ ਚੱਲਣਾ ਜਦੋਂ ਤੇ ਫੁਵਾੜੇ ਦੇ ਨੇੜੇ ਜਾਣਾ ਤਾਂਗਾ ਇੱਕਦਮ ਠੱਕ ਦੇਣੀ ਬੱਜਣਾ ਤਾਂ ਸਵਾਰੀਆਂ ਦੇ ਵਿੱਚ ਬੈਠ ਗਏ ਨਾ ਇਹ ਹੁਣ ਰਾਜੇ ਦਾ ਰਾਜ ਆ ਗਿਆ ਉਹ ਅੰਗਰੇਜ਼ਾਂ ਦੀਆਂ ਸੜਕਾਂ ਬੜੀਆਂ ਸੋਹਣੀਆਂ ਹੁੰਦੀਆਂ ਸੀ ਉਹ ਕਪੂਥਲੇ ਰਾਜ ਦੀ ਠੱਕ ਬੱਜਣਾ ਰਾਜ ਆ ਗਿਆ ਸੋ ਰਾਜਿਆਂ ਦੇ ਰਾਜ ਨਾਲੋਂ ਜਿਹੜੇ ਸੀ ਅੰਗਰੇਜ਼ੀ ਰਾਜ ਜਿਹੜਾ ਬੈਟਰ ਰਨ ਹੋ ਰਿਹਾ ਸੀ ਉਸ ਵੇਲੇ ਮੈਂ ਅੰਗਰੇਜ਼ੀ ਰਾਜ ਦੀ ਕੋਈ ਇਹ ਨਹੀਂ ਕਰ ਰਿਹਾ ਪਈ ਮੈਂ ਉਹਨਾਂ ਦੀ ਵਕਾਤ ਕਰਨਾ ਪਰ ਮੈਂ ਕਹਿੰਨਾ ਹਰ ਰਾਜ ਦੇ ਵਿੱਚ ਕੁਝ ਅਸ਼ਾਈਆਂ ਵੀ ਹੁੰਦੀਆਂ ਕੁਝ ਉਹ ਅੰਗਰੇਜ਼ ਚਲੇ ਗਏ ਹਾਂ ਆਜ਼ਾਦੀ ਹਾਸਲ ਹੋ ਗਈ ਹਾਂ ਪਰ ਉਸ ਤੋਂ ਬਾਅਦ ਜਿਹੜੀ ਐਡਮਿਨਿਸਟ੍ਰੇਸ਼ਨ ਦਿੱਤੀ ਗਈ ਉਹਦੇ ਬਾਰੇ ਵੀ ਮੈਂ ਚਾਹਣਾ ਤੁਸੀਂ ਬਹੁਤ ਘੱਟ ਗੱਲ ਕੀਤੀ ਉਹਦੇ ਬਾਰੇ ਵੀ ਉਹਦੇ ਚ ਜਿਹੜੇ ਆਮ ਲੋਕ ਗਰੀਬ ਲੋਕ ਸੀ ਕੰਮ ਕਰਨ ਵਾਲੇ ਲੋਕ ਸੀ ਜਾਂ ਦਲਿਤ ਲੋਕ ਸੀ ਉਹਨਾਂ ਨੂੰ ਤਾਂ ਬਹੁਤਾ ਫਰਕ ਨਹੀਂ ਪਿਆ ਤင် ਸਾਹਿਬ ਉਹਨਾਂ ਨੂੰ ਬਹੁਤਾ ਗਿਆ ਉਹਨਾਂ ਨੂੰ ਤਾਂ ਫਰਕ ਪਿਆ ਇਹ ਇਹ ਜਿਹੜਾ ਵਿਕਾਸ ਹਰ ਚੀਜ਼ ਦਾ ਬਹੁਤ ਹੌਲੀ 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 ਵਿਕਾਸ ਹੁੰਦਾ ਜਾ ਕੇ ਤင် ਸਾਹਿਬ ਜੇ ਤੁਸੀਂ ਦੇਖਿਆ ਜਾਵੇ ਇੰਡੀਆ ਦੇ ਵਿੱਚ ਤਾਂ ਅਜੇ ਵੀ ਸਟਾਰ ਮਿਸ਼ਨ ਹੈਗੀ ਆ ਅਜੇ ਵੀ ਮੈਲਨਿਊਟ੍ਰੀਸ਼ਨ ਹੈਗੀ ਆ ਅਜੇ ਵੀ ਲੋਕਾਂ ਕੋ ਘਰ ਹੈ ਨਹੀਂ ਹੈ ਆਟਾ ਦਾਲ ਮੁਫਤ ਦੀ ਗੱਲ ਚੱਲਦੀ ਆ ਮੁਫਤ ਹੋ ਜਾਏ ਉਹ ਜੇ ਕਿਸੇ ਨੂੰ ਆਟਾ ਮਿਲ ਜਾਂਦਾ ਤਾਂ ਉਹ ਕਹਿੰਦਾ ਕਿਆਸ ਮਿਲ ਗਿਆ ਸਾਨੂੰ ਤਾਂ ਸਭ ਕੁਝ ਮਿਲ ਗਿਆ ਇਹ 75 ਸਾਲ ਤੋਂ ਬਾਅਦ ਹਮਮ ਔਰ ਦੂਜੇ ਪਾਸੇ ਜਿਹੜਾ ਫੇਮ ਹੈਗੇ ਸਿੰਘ ਸਾਹਿਬ ਗੱਲ ਜਿਹੜੀ ਹੈਗੀ ਆ ਇਹ ਫੇਰ ਹਾਈ ਉਹ ਨਹੀਂ ਇਹਦਾ ਹੀ ਆਪਣੇ 우ਸਤਾਦ 담ਨ ਦੀ ਇਹ ਕਹਿ ਗਈ ਹੈ ਕਾਫਤਾ ਉਹ ਕਹਿੰਦਾ ਬਾਗੇ ਨਾਲ ਅਟਾਰੀ ਦੀ ਨਹੀਂ ਟੱਕਰ 나ਹੀਂ ਗੀਤਾ ਨਾਲ ਇਸਲਾਮ ਦੀ ਹੈ 나ਹੀਂ 쿠프 나ਹੀਂ ਗੀਤਾ ਨਾਲ ਕੁਰਾਨ ਦੀ ਹੈ 나ਹੀਂ 쿠ਫਰ اسلام ਦਾ ਕੋਈ ਝਗੜਾ ਗੱਲ ਸਾਰੀ ਨਫੇ ਨੁਕਸਾਨ ਦੀ ਹੈ ਹਮ ਇਹ ਦੋਨੋਂ ਮੁਲਕ ਜਿਹੜੇ ਹੈਗੇ ਆਪਣੇ ਨਫਾ ਨੁਕਸਾਨ ਦੇਖਦੇ ਆ ਬਾਕੀ ਜਿਹੜਾ ਹੈਗਾ ਆ ਸੰਸਾਭ ਮੈਨੂੰ ਜੇ ਕੋਈ ਪੁੱਛੇ ਮੈਂ ਇਹ ਫਰੀडम ਆ ਫਰੀडम ਫਰਮ ਪਾਵਰਟੀ ਮੇਨ ਚੀਜ਼ ਹੈ ਫਿਰ ਪੋਲੀਟੀਕਲ ਫਰੀडम ਦੀ ਕੋਈ ਵੈਲਿਊ ਨਹੀਂ ਰਹਿ ਜਾਂਦੀ ਹੈ ਜੇ ਉਹ ਜੇ ਗਰੀਬ ਲੋਕ ਜਿਹੜਾ ਉਦਾਂ ਹੀ ਪਿਸਿਆ ਪਿਸਿਆ ਜਾ ਰਿਹਾ ਜਿੱਦਾਂ ਪੈਸਾ ਉਹਦੇ ਲਈ ਫਿਰ ਕੋਈ ਫਰਕ ਨਹੀਂ ਪੈਂਦਾ ਫਿਰ ਰਾਜ ਕਰਨ ਵਾਲੇ ਦੀ ਸਿਕਿੰਦ ਕਿਦਾਂ ਦੀ ਹੈਗੀ ਜਾ ਕੇ ਜੇ ਉਹ ਜੇ ਉਹਨੂੰ ਫਰਕ ਨਹੀਂ ਪੈਂਦਾ ਜੇ ਉਹਨੂੰ ਫਰਕ ਪੈਂਦਾ ਫਿਰ ਚਾਹੇ ਕਾਲਾਚੋਰ ਰਾਜ ਕਰੇ ਚਾਹੇ ਕੋਈ ਹੋਵੇ ਜਾ ਕੇ ਫਾਰ ਫਾਰਮਸ ਆਫ ਗਵਰਨਮੈਂਟ Let fools contest whatever is administered best is best ਬਸ ਇਹ ਪਰ ਦੂਸਰੇ ਬਸ ਇਹ ਵੀ تسلیم ਕਰਨਾ ਪਏਗਾ ਕਿ ਆਜ਼ਾਦੀ ਤੋਂ ਬਾਅਦ ਹਿੰਦੁਸਤਾਨ ਨੇ ਤਰੱਕੀ ਬਹੁਤ ਕੀਤੀ ਅੱਜ ਜਿਹੜੀ ਹਿੰਦੁਸਤਾਨ ਹੈ ਜੀ 20 ਦਾ ਹਿੱਸਾ ਵਾਕਈ ਆਰਥਿਕ ਤੌਰ ਤੇ ਇੱਕ ਮਜ਼ਬੂਤ ਫੋਰਸ ਬਣ ਰਹੀ ਹੈ ਮਿਲਟਰੀ ਬਹੁਤ ਤਕੜੀ ਮਿਲਟਰੀ ਹੈ ਬਹੁਤ ਵੱਡਾ ਮੁਲਕ ਹੈ ਪਰ ਹਾਂ ਜਿਹੜੀ ਭੁੱਖਮਰੀ ਤੇ ਬੂਡਲੀਆ ਜ਼ਰੂਰਤਾਂ ਨਾ ਪੂਰੀਆਂ ਹੋਣ ਕਰਕੇ ਇਨਸਿਕਿਉਰਟੀ ਨਹੀਂ ਹੋਣ ਕਰਕੇ ਲੋਕ ਹਾਲੇ ਵੀ ਜਿੰਨਾ ਅੰਗਰੇਜ਼ਾਂ ਨੂੰ ਕੱਢਿਆ ਸੀ ਉਸ ਮੁਲਕ ਦੇ ਵਿੱਚੋਂ ਉਹਨਾਂ ਦੇ ਮਗਰ ਭੱਜ ਰਹੇ ਨੇ ਉਹਨਾਂ ਦੇ ਮਗਰ ਭੱਜ ਕੇ ਆ ਕੇ ਇੰਗਲੈਂਡ ਪਰ ਦਿੱਤਾ ਆਸਟ੍ਰੇਲੀਆ ਪਰ ਦਿੱਤਾ ਅਸੀਂ ਕੀ ਗੱਲ ਲੈ ਆਏ ਤਿੰਨ ਸਾਹਿਬ ਮੈਲਸਨ ਮੰਡੇਲੇ ਨੇ ਇੱਕ ਵਾਰ ਜਗਾ ਕੇ ਹੱਸਿਆ ਕਿ ਜੇ ਕਿਸੇ ਮੁਲਕ ਦੀ ਤਰੱਕੀ ਦੇਖਣੀ ਤਾਂ ਸਭ ਇਹ ਦੇਖੋ ਜਾ ਕੇ ਉਸ ਦਾ ਜਿਹੜਾ ਸਭ ਤੋਂ ਵੱਧ ਗਰੀਬ ਹੈ ਉਹਦੀ ਹਾਲਤ ਕੀ ਹੈ ਉਥੋਂ ਤਰੱਕੀ ਦਾ ਪਤਾ ਲੱਗਣਾ ਉੱਪਰਲੀ ਜੀਡੀਪੀ ਦਾ ਨਹੀਂ ਪਤਾ ਲੱਗਣਾ ਪੈ ਇੰਨੇ ਬਿਲੀਅਨੈਰੀ ਆ ਸਾਡੇ ਮੁਲਕ ਦੇ ਵਿੱਚ ਇੰਨੇ ਸਾਡੇ ਮਿਲੀਅਨੈਰੀ ਆ ਜਿਹੜਾ ਸਭ ਤੋਂ ਗਰੀਬ ਆ ਉਹਦੀ ਹਾਲਤ ਕੀ ਆ ਉਥੋਂ ਪਤਾ ਲੱਗਣਾ ਜਾਗੇ ਸੋ ਮੇਰਾ ਖਿਆਲ ਆ ਜਿਹੜੀ ਆਜ਼ਾਦੀ ਆ ਆਜ਼ਾਦੀ ਫਰੀडम ਸਾਨੂੰ ਜਿਹੜੀ ਹੈਗੀ ਇਹਦੇ ਵਿੱਚੋਂ ਇਹ ਗੱਲ ਅਧੂਰੀ ਰਹੂਗੀ ਜੇ ਆਪਾਂ ਜਿਹੜੀ ਤੁਸੀਂ ਰੀਅਲ ਆਜ਼ਾਦੀ ਦੀ ਗੱਲ ਕਰਦੇ ਹੋ ਉਸ ਨੂੰ ਚੇਤੇ ਕਰਦੇ ਹੋયા ਸ਼ਹੀਦ ਆਜ਼ਮ ਸਰ ਭਗਤ ਸਿੰਘ ਅਤੇ ਉਹਨਾਂ ਦੇ ਸਾਥੀ ਨੇ ਜਿਹੜੇ ਰਾਜਗੁਰੂ ਸਖਦੇਵ ਤੇ ਹੋਰ ਜਿਹੜੇ ਸ਼ਹੀਦ ਹੋਏ ਨੇ ਚੰਦਰਸ਼ੇਖਰ ਹੋਰੀ ਇਹਨਾਂ ਇਸ ਗਰੁੱਪ ਨੇ ਮੁੰਡੇ ਜਿਹੜੇ ਚਾਹੁੰਦੇ ਸੀ ਉਹ ਵਾਕਈ ਇਸ ਕਿਸਮ ਦੀ ਆਜ਼ਾਦੀ ਚਾਹੁੰਦੇ ਸੀ ਜਿੱਥੇ ਅੰਗਰੇਜ਼ ਵੀ ਚਲੇ ਜਾਣ ਤੇ ਬਾਅਦ ਦੇ ਵਿੱਚ ਰਾਜ ਕਰਨ ਵਾਲੀ ਜਿਹੜੀ ਵੀ ਐਡਮਿਨਿਸਟ੍ਰੇਸ਼ਨ ਆਵੇ ਉਹ ਲੋਕਾਂ ਦੀਆਂ ਮੁੱਢਲੀਆਂ ਜ਼ਰੂਰਤਾਂ ਪੂਰੀਆਂ ਕਰੇ ਤੇ ਇਨਸਾਫ ਦੇ ਬਿਲਕੁਲ ਤੁਹਾਨੂੰ ਯਾਦ ਹੋਣਾ ਥਿੰਨ ਸਾਹਿਬ ਆਪਾਂ ਸਪੈਸ਼ਲ ਪ੍ਰੋਗਰਾਮ ਇੱਥੇ ਕੀਤਾ ਸੀਗਾ ਹਾਂ ਬਿ ਕਰਾਂਗੇ ਵੀ ਇਹਨਾਂ ਦੀ ਕੰਟਰੀਬਿਊਸ਼ਨ ਨੂੰ ਤੁਸੀਂ ਇਗਨੋਰ ਨਹੀਂ ਕਰ ਸਕਦੇ ਜਾ ਕੇ ਠੀਕ ਹੈ ਨਾ ਜਾ ਕੇ ਪਰ ਉਹ ਠੀਕ ਹੈ ਅੱਜ ਇੰਡੀਆ ਦਾ ਇੰਡੀਪੈਂਡੈਂਸ ਪੋਲਿਟਿਕਲ ਇੰਡੀਪੈਂਡੈਂਸ ਦਾ ਦਿਨ ਹੈਗਾ ਔਰ ਪਾਕਿਸਤਾਨ ਦਾ ਜਨਮਿਆ ਤੇ ਇਹਦੇ ਉੱਤੇ ਜਿੱਦਾਂ ਕਹਿ ਲਓ ਸਾਡੇ ਵੱਲੋਂ ਤਾਂ ਤੁਹਾਡੇ ਵੱਲੋਂ ਮੇਰੇ ਵੱਲੋਂ ਸਾਰਿਆਂ ਵੱਲੋਂ ਵਧਾਈਆਂ ਬਾਕੀ ਜੇ ਮੈਨੂੰ ਕੋਈ ਕਹੇ ਮੈਂ ਤਾਂ ਦੇਸ਼ ਭਗਤ ਨਹੀਂ ਕੀ ਇਹ ਤਾਂ ਕਲੀਅਰ ਹੈ ਗੱਲ ਮੇਰੇ ਲਈ ਤਾਂ ਉਹ ਹੀ ਫੇਰ ਆ ਮਾਨਸ ਕੀ ਜਾਤ ਸਭੇ ਇੱਕ ਹੀ ਪਹਿਚਾਨ ਹੋ ਪਰ ਸਭ ਬਹੁਤ ਬਹੁਤ ਸ਼ੁਕਰੀਆ ਬਹੁਤ ਮਿਹਰਬਾਨ